ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਆ ਸੁਮਨ ਪ੍ਰੇਤਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜੀਓਗ੍ਰਾਫੀ ਦੀ ਕਲਾਸ 1 ਲਗਾਉਣ ਜਾ ਰਹੇ ਹਾਂ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਲਾਈਕ ਪੰਜਾਬ ਪੁਲਿਸ ਕਨਸਟੇਬਲ ਪੰਜਾਬ ਪੁਲਿਸ ਸਬ ਇੰਸਪੈਕਟਰ ਪੰਜਾਬ ਪਟਵਾਰੀ ਜਾਂ ਫਿਰ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜੀਓਗ੍ਰਾਫੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਟੌਪਿਕ ਹੈ ਤੇ ਅਸੀਂ ਜੋ ਜయోగ్రఫీ ਦੀ ਕਲਾਸ ਲਗਾਉਣ ਜਾ ਰਹੇ ਆ ਅਸੀਂ ਇਸ ਦੇ ਵਿੱਚ 500 ਐਮਸੀਕਿਊ ਐਡ ਕੀਤੇ ਆ ਠੀਕ ਹੈ ਕਲਾਸ ਆ ਜਿਹੜੀ ਜ਼ਿਆਦਾਤਰ ਸਟੂਡੈਂਟਸ ਕਮੈਂਟ ਕਰਦੇ ਨੇ ਕਿ ਜ਼ਿਆਦਾ ਲੈਂਥੀ ਨਾ ਕਰਿਆ ਕਰੋ ਕਿਉਂਕਿ ਸਾਡੇ ਕਿਸੇ ਦੇ ਨੈਟ ਪ੍ਰੋਬਲਮ ਆਉਂਦੀ ਹੈ ਕਿਸੇ ਦੇ ਟਾਈਮ ਪ੍ਰੋਬਲਮ ਆਉਂਦੀ ਹੈ ਕਲਾਸ ਅਸੀਂ ਮੈਕਸਿਮਮ 40 ਮਿੰਟ ਦੀ ਬਣਾਵਾਂਗੇ ਜਾਂ ਫਿਰ 35 ਮਿੰਟ ਦੀ ਬਣਾਵਾਂਗੇ ਠੀਕ ਹੈ ਤੇ ਉਸ ਅਕੋਰਡਿੰਗ ਜੇਕਰ ਸਾਡੀਆਂ ਦੋ ਕਲਾਸਾਂ ਬਣ ਜਾਂ ਤਿੰਨ ਬਣਨ ਜਾਂ ਚਾਰ ਬਣਨ ਸਾਡਾ ਟਾਰਗੇਟ ਆ 500 ਐਮਸੀਕਿਊ ਕਵਰ ਕਰਨ ਦਾ ਜਿਸ ਦੇ ਵਿੱਚ ਅਸੀਂ ਜయోగ్రఫీ ਪੰਜ ਆਪ ਦੇ ਵੀ ਕੰਪਲੀਟ ਕਰਾਂਗੇ ਇੰਡੀਆ ਦੇ ਵੀ ਕੰਪਲੀਟ ਕਰਾਂਗੇ ਤੇ ਵਰਲਡ ਲੈਵਲ ਦੀ ਵੀ ਕੰਪਲੀਟ ਕਰਾਂਗੇ ਠੀਕ ਹੈ ਵਿਸ਼ਵ ਦੀ ਕੰਪਲੀਟ ਕਰਾਂਗੇ ਪੰਜਾਬ ਦੀ ਕੰਪਲੀਟ ਕਰਾਂਗੇ ਭਾਰਤ ਦੀ ਕੰਪਲੀਟ ਕਰਾਂਗੇ ਇੰਨਾ 500 एमसीक्यू ਦੇ ਵਿੱਚ ਸੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਇਹ ਨਾ ਸਿਰਫ ਪੰਜਾਬ ਪੁਲਿਸ ਕਨਸਟੇਬਲ ਪੰਜਾਬ ਪੁਲਿਸ ਸਬ ਇੰਸਪੈਕਟਰ ਨਾ ਕਿ ਪੰਜਾਬ ਪਟਵਾਰੀ ਲਈ ਨਹੀਂ ਬਲਕਿ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਲਈ ਇੰਪੋਰਟੈਂਟ ਹੋਵੇਗੀ ਜੇਕਰ ਤੁਸੀਂ ਇੱਕ ਵਾਰ ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਚੰਗੀ ਤਰ੍ਹਾਂ ਇਸ ਚੈਨਲ ਤੋਂ ਕਰ ਲੈਨੇ ਹੋ ਤਾਂ ਅੱਗੇ ਜਾ ਕੇ ਤੁਸੀਂ ਕੋਈ ਵੀ ਗ੍ਰੈਜੂਏਸ਼ਨ ਲੈਵਲ ਵੀ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਨੂੰ ਜਦੋਂ ਐਗਜ਼ਾਮ ਨੂੰ ਦਵੋਗੇ ਤਾਂ ਤੁਹਾਨੂੰ ਵਿੱਚ ਬੈਠ ਕੇ ਪਤਾ ਲੱਗੇਗਾ ਕਿ ਤੁਸੀਂ ਇੱਕ ਵਾਰ ਤਿਆਰੀ ਕੀਤੀ ਸੀ ਤਾਂ ਉਸ ਦਾ ਫਾਇਦਾ ਤੁਹਾਨੂੰ ਅੱਜ ਵੀ ਹੋ ਰਿਹਾ ਏ ਠੀਕ ਹੈ ਜੀ ਇੰਨੀ ਜ਼ਿਆਦਾ ਇੰਪੋਰਟੈਂਟ ਹੋਵੇਗੀ ਇਹ 500 MCQ ਦੀ ਸੀਰੀਜ਼ ਤੁਹਾਡੇ ਲਈ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਅਸੀਂ ਜਿੰਨੀਆਂ ਵੀ ਕਲਾਸਾਂ ਬਣਦੀਆਂ ਹੋਈਆਂ ਵੱਧ ਤੋਂ ਵੱਧ ਅਸੀਂ ਚਾਰਚ ਹੀ ਕੰਪਲੀਟ ਕਰ ਦਵਾਂਗੇ 500 MCQ ਤੁਹਾਡੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗੀ ਕਿ ਜੇ ਜਿੰਨਾ ਹੋ ਸਕੇ ਸਟੂਡੈਂਟਸ ਨੂੰ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੋੜੋ ਤਾਂ ਜੋ ਅਸੀਂ ਉਸ ਹਿਸਾਬ ਨਾਲ ਤੁਹਾਡੇ ਕਿੰਨੇ ਬੱਚੇ ਬਣਦੇ ਨੇ ਸਾਡੇ ਚੈਨਲ ਤੋਂ ਪੜ੍ਹਨ ਲਈ ਤੁਹਾਡੇ ਸਿਲੇਬਸ ਨੂੰ ਮੌਕ ਟਾਰਗੇਟ ਰੱਖ ਕੇ ਆਪਣੀ ਤਿਆਰੀ ਸ਼ੁਰੂ ਕਰ ਸਕੀਏ ਠੀਕ ਹੈ ਜੀ ਵੈਸੇ ਤਾਂ ਅਸੀਂ ਸਿਲੇਬਸ ਦੇ ਅਕੋਰਡਿੰਗ ਹੀ ਤਿਆਰੀ ਕਰ ਰਹੇ ਹਾਂ ਪਰ ਤੁਸੀਂ ਜਿੰਨਾ ਹੋ ਸਕੇ ਚੈਨਲ ਦੇ ਨਾਲ ਵੱਧ ਤੋਂ ਵੱਧ ਸਟੂਡੈਂਟਸ ਨੂੰ ਜੋੜਨਾ ਠੀਕ ਹੈ ਜੀ ਰਿਕੁਐਸਟ ਹੈ ਤੁਹਾਨੂੰ ਤੇ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇ ਖੇਤਰਫਲ ਦੇ ਪੱਖੋਂ ਸੰਸਾਰ ਦੇ ਦੇਸ਼ਾਂ ਵਿੱਚ ਭਾਰਤ ਦਾ ਕਿੰਨਾਵਾਂ ਸਥਾਨ ਹੈ ਹਾਂਜੀ ਖੇਤਰਫਲ ਦੇ ਪੱਖੋਂ ਜੇ ਅਸੀਂ ਗੱਲ ਕਰੀਏ ਤਾਂ ਪੂਰੇ ਵਰਲਡ ਦੇ ਵਿੱਚ ਭਾਰਤ ਦਾ ਸੱਤਵਾਂ ਸਥਾਨ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਭਾਰਤ ਨਾਲ ਕੁੱਲ ਕਿੰਨੇ ਦੇਸ਼ਾਂ ਦੀਆਂ ਸਵਾਮਾਂ ਲੱਗਦੀਆਂ ਹਨ ਹਾਂਜੀ ਭਾਰਤ ਦੇ ਨਾਲ ਟੋਟਲ 7 ਦੇਸ਼ਾਂ ਦੀਆਂ ਸਵਾਮਾਂ ਲੱਗਦੀਆਂ ਨੇ ਆਪਸ਼ਨ ਨੰਬਰ ਡੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ 7 ਸੀਮਾਵਾਂ ਲੱਗਦੀਆਂ ਨੇ ਭਾਰਤ ਦੇ ਨਾਲ 7 ਦੇਸ਼ਾਂ ਦੀਆਂ ਕਿਹੜੇ-ਕਿਹੜੇ 7 ਦੇਸ਼ ਆ ਭਾਰਤ ਦੇ ਨਾਲ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਚੀਨ ਬਰਮਾ ਜਿਸ ਦਾ ਨਵਾਂ ਨਾਮ ਮਿਆਂਮਾਰ ਤੇ ਬੰਗਲਾਦੇਸ਼ ਅਤੇ ਪੁਟਾਨ ਦੀਆਂ ਹੱਦਾਂ ਲੱਗਦੀਆਂ ਨੇ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਭਾਰਤ ਦੀ ਥਲ ਸੀਮਾ ਦੀ ਲੰਬਾਈ ਕਿੰਨੀ ਆ ਹਾਂਜੀ ਭਾਰਤ ਦੀ ਜੇਕਰ ਅਸੀਂ ਥਲ ਸੀਮਾ ਦੀ ਗੱਲ ਕਰੀਏ ਤਾਂ ਇਸ ਦੀ ਲੰਬਾਈ ਆ 15200 ਕਿਲੋਮੀਟਰ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ 15200 ਕਿਲੋਮੀਟਰ ਭਾਰਤ ਦੀ ਥਲ ਸੀਮਾ ਦੀ ਲੰਬਾਈ ਆ ਨੈਕਸਟ ਕੁਐਸਚਨ ਭਾਰਤ ਦੀ ਤੱਟ ਰੇਖਾ ਦੀ ਲੰਬਾਈ ਕਿੰਨੀ ਹੈ ਹਾਂਜੀ ਭਾਰਤ ਦੀ ਤੱਟ ਰੇਖਾ ਦੀ ਲੰਬਾਈ ਹੈ 6083 ਕਿਲੋਮੀਟਰ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਹਾਂਜੀ 6083 ਕਿਲੋਮੀਟਰ ਭਾਰਤ ਦੀ ਤੱਟ ਰੇਖਾ ਦੀ ਲੰਬਾਈ ਆ ਜਾਲਤ ਸੀਮਾ ਦੀ ਲੰਬਾਈ 15200 ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਕਿਲੋਮੀਟਰ ਦੇ ਵਿੱਚ ਮੈਂ ਗੱਲ ਕਰ ਰਹੀ ਆ ਨੈਕਸਟ ਕੁਐਸ਼ਨ ਕਿਹੜੀ ਰੇਖਾ ਭਾਰਤ ਦੇ ਮੱਧ ਵਿੱਚੋਂ ਲੰਘਦੀ ਆ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਐ ਇਸ ਤਰ੍ਹਾਂ ਦੇ ਕੁਐਸ਼ਨ ਜਿਆਦਾ ਇੰਪੋਰਟੈਂਟ ਆ ਹਾਂਜੀ ਕਿਹੜੀ ਰੇਖਾ ਭਾਰਤ ਦੇ ਮੱਧ ਵਿੱਚੋਂ ਲੰਘਦੀ ਆ ਬਹੁਤ ਸਾਰੇ ਸਟੂਡੈਂਟ ਭੂਮੱਧ ਰੇਖਾ ਲਗਾ ਕੇ ਆਉਂਦੇ ਆ ਐਗਜ਼ਾਮ ਦੇ ਵਿੱਚ ਹਾਂਜੀ ਕਰਕ ਰੇਖਾ ਵਾ ਜੋ ਉਹ ਭਾਰਤ ਦੇ ਮੱਧ ਦੇ ਵਿੱਚੋਂ ਲੰਘਦੀ ਆ ਆਪਸ਼ਨ ਨੰਬਰ ਬੀ ਐਸ ਕੁਐਸ਼ਨ ਦਾ ਰਾਈਟ ਆਂਸਰ ਹੈ ਕਰਕ ਰੇਖਾ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣੀ ਆ ਹਾਂਜੀ ਅਸੀਂ ਹਿਮਾਲਿਆ ਪਰਬਤ ਦੀ ਲੰਬਾਈ ਕਿੰਨੀ ਹੈ ਹਾਂਜੀ ਹਿਮਾਲਿਆ ਪਰਬਤ ਦੀ ਲੰਬਾਈ ਆ 2400 ਕਿਲੋਮੀਟਰ ਹਰ ਕੁਐਸ਼ਨ ਨੂੰ ਖੁਦ ਕਰਨ ਦੀ ਕੋਸ਼ਿਸ਼ ਕਰੋ ਇਸ ਦੇ ਨਾਲ ਕੀ ਹੋਵੇਗਾ ਕਿ ਜੇਕਰ ਤੁਸੀਂ ਕਿਸੇ ਕੁਐਸ਼ਨ ਦਾ ਆਨਸਰ ਰੋਂਗ ਵੀ ਲਗਾਉਨੇ ਹੋ ਜਾਂ ਕਾਪੀ ਪੈਨ ਨੂੰ ਠਾ ਕੇ ਉਹਦੇ ਤੇ ਲਿਖ ਦੇ ਵੀ ਹੋ ਜੋ ਤੁਹਾਨੂੰ ਰਾਈਟ ਦਾ ਪਤਾ ਲੱਗੇਗਾ ਤਾਂ ਉਹ ਤੁਸੀਂ ਕਦੇ ਵੀ ਭੁੱਲੋਗੇ ਨਹੀਂ ਕਿ ਹਾਂ ਇਸ ਸਾਥੋਂ ਉੱਥੇ ਗਲਤ ਹੋਇਆ ਸੀ ਤੇ ਹੁਣ ਅਸੀਂ ਇਹਨੂੰ ਯਾਦ ਹੀ ਰੱਖਣਾ ਵਾ ਕਿ ਇਹਦਾ ਆਨਸਰ ਇੰਨਾ ਸੀ 2400 2400 ਕਿਲੋਮੀਟਰ ਹਿਮਾਲਿਆ ਪਰਬਤ ਦੀ ਲੰਬਾਈ ਆ ਨੈਕਸਟ ਕੁਐਸ਼ਨ ਬੰਗਾਲ ਦੀ ਖਾੜੀ ਵਿੱਚ ਭਾਰਤ ਦੇ ਕਿੰਨੇ ਟਾਪੂ ਹਨ ਹਾਂਜੀ ਬੰਗਾਲ ਦੀ ਖਾੜੀ ਦੇ ਵਿੱਚ ਭਾਰਤ ਦੇ ਦੋ ਟਾਪੂ ਆ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਭਾਰਤ ਦੇ ਕਿਹੜੇ ਰਾਜ ਦੀ ਤੱਟ ਰੇਖਾ ਸਭ ਤੋਂ ਲੰਬੀ ਹੈ ਹਾਂਜੀ ਭਾਰਤ ਦੇ ਕਿਹੜੇ ਰਾਜ ਦੀ ਤੱਟ ਰੇਖਾ ਸਭ ਤੋਂ ਲੰਬੀ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ A ਗੁਜਰਾਤ ਗੁਜਰਾਤ ਰਾਜ ਦੀ ਤੱਟ ਰੇਖਾ ਸਭ ਤੋਂ ਲੰਬੀ ਹੈ ਨੈਕਸਟ ਕੁਐਸਚਨ ਭਾਰਤ ਦੇ ਪੱਛਮ ਵਿੱਚ ਸਥਿਤ ਹੈ ਹਾਂਜੀ ਭਾਰਤ ਦੇ ਪੱਛਮ ਵਿੱਚ ਇਹਨਾਂ ਵਿੱਚੋਂ ਕਿਹੜਾ ਸਾਗਰ ਸਥਿਤ ਹੈ ਜਾਂ ਕਿਹੜੀ ਕਿਉਂਕਿ ਸਥਿਤ ਹੈ ਇਹਨਾਂ ਦੇ ਵਿੱਚੋਂ ਭਾਰਤ ਦੇ ਪੱਛਮ ਦੇ ਵਿੱਚ ਅਰਬ ਸਾਗਰ ਸਥਿਤ ਹੈ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਭਾਰਤ ਦਾ ਕੁੱਲ ਖੇਤਰਫਲ ਲਗਭਗ ਕਿੰਨਾ ਹੈ ਹਾਂਜੀ ਭਾਰਤ ਦਾ ਕੁੱਲ ਖੇਤਰਫਲ ਹੈ ਭਾਰਤ ਦਾ ਕੁੱਲ ਖੇਤਰਫਲ ਲਗਭਗ 28878263 ਵਰਗ ਕਿਲੋਮੀਟਰ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇਹ ਤੁਸੀਂ ਯਾਦ ਰੱਖਣਾ ਵੈਰੀ ਇੰਪੋਰਟੈਂਟ ਕੁਐਸ਼ਨ ਨੈਕਸਟ ਕੁਐਸ਼ਨ ਬੰਗਾਲ ਦੀ ਖਾੜੀ ਵਿੱਚ ਭਾਰਤ ਦੇ ਕਿਹੜੇ ਟਾਪੂ ਹਨ ਹਾਂਜੀ ਬੰਗਾਲ ਦੀ ਖਾੜੀ ਦੇ ਵਿੱਚ ਭਾਰਤ ਦੇ ਦੋ ਟਾਪੂ ਆਉਂਦੇ ਆ ਉਨ੍ਹਾਂ ਦੇ ਵਿੱਚੋਂ ਕਿਹੜੇ ਟਾਪੂ ਇਸ ਆਪਸ਼ਨ ਦੇ ਵਿੱਚ ਆਣ ਨੇ ਬੰਗਾਲ ਦੀ ਖਾੜੀ ਵਿੱਚ ਭਾਰਤ ਦੇ ਆਂਡੇਮਾਨ ਤੇ ਨਿਕੋਬਰ ਟਾਪੂ ਆ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਭਾਰਤ ਦੇ ਪੱਛਮ ਵੱਲ ਕਿਹੜਾ ਦੇਸ਼ ਹੈ ਹਾਂਜੀ ਭਾਰਤ ਦੇ ਪੱਛਮ ਵੱਲ ਜੇ ਅਸੀਂ ਗੱਲ ਕਰੀਏ ਭਾਰਤ ਦੇ ਪੱਛਮ ਦੇ ਵਿੱਚ ਸਥਿਤ ਆਰਬ ਸਾਗਰ ਇਹ ਵੀ ਤੁਸੀਂ ਯਾਦ ਰੱਖਣਾ ਜੇ ਅਸੀਂ ਦੇਸ਼ ਦੀ ਗੱਲ ਕਰੀਏ ਤਾਂ ਪਾਕਿਸਤਾਨ ਆ ਆਪਸ਼ਨ ਨੰਬਰ C ਇਸ ਕੁਐਸਚਨ ਦਾ ਰਾਈਟ ਆਨਸਰ ਹੈ ਪੱਛਮ ਵੱਲ ਨੈਕਸਟ ਕੁਐਸਚਨ ਭਾਰਤ ਦੀ ਉੱਤਰੀ ਸੀਮਾ ਕਿੰਨੇ ਰਾਜਾਂ ਨਾਲ ਲੱਗਦੀ ਹੈ ਹਾਂ ਸੌਰੀ ਕਿੰਨੇ ਦੇਸ਼ਾਂ ਦੇ ਨਾਲ ਲੱਗਦੀ ਹੈ ਭਾਰਤ ਦੀ ਉੱਤਰੀ ਸੀਮਾ ਕਿੰਨਾ ਦੇਸ਼ਾਂ ਦੇ ਨਾਲ ਲੱਗਦੀ ਹੈ ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਹਾਂਜੀ ਭਾਰਤ ਦੀ ਉੱਤਰੀ ਸੀਮਾ ਭੂਟਾਨ ਚੀਨ ਅਤੇ ਬੰਗਲਾਦੇਸ਼ ਦੇ ਨਾਲ ਲੱਗਦੀ ਹੈ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਦੇਖੋ ਭਾਰਤ ਦੀ ਜਿਹੜੀਆਂ ਸੀਮਾਵਾਂ ਮਾ ਸੱਤ ਦੇਸ਼ਾਂ ਦੇ ਨਾਲ ਲੱਗਦੀਆਂ ਵਾਂ ਜਿਨ੍ਹਾਂ ਦੇ ਵਿੱਚੋਂ ਉੱਤਰੀ ਸੀਮਾਵਾਂ ਜਿਹੜੀ ਉਹ ਕਿੰਨੇ ਨਾਲ ਲੱਗਦੀ ਹੈ ਭੂਟਾਨ ਚੀਨ ਅਤੇ ਬੰਗਲਾਦੇਸ਼ ਦੇ ਨਾਲ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈ ਹਾਂਜੀ ਹੁਣ ਅਸੀਂ ਗੱਲ ਪਹਿਲਾਂ ਦੇਖੋ ਪੂਰੇ ਵਰਲਡ ਦੀ ਜੇ ਅਸੀਂ ਗੱਲ ਕਰੀਏ ਖੇਤਰਫਲ ਦੇ ਪੱਖੋਂ ਸੰਸਾਰ ਦੇ ਦੇਸ਼ਾਂ ਦੇ ਵਿੱਚ ਭਾਰਤ 7ਵੇਂ ਨੰਬਰ ਤੇ ਆ ਤੇ ਹੁਣ ਜੇ ਅਸੀਂ ਭਾਰਤ ਦੀ ਅੱਗੇ ਗੱਲ ਕਰੀਏ ਭਾਰਤ ਦੇ ਜਿਹੜੇ ਰਾਜ ਆ ਉਹਨਾਂ ਦੀ ਗੱਲ ਕਰੀਏ ਤਾਂ ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ Rajasthan ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਤਾਂ ਛੋਟਾ ਕਿਹੜਾ Goa ਨੈਕਸਟ ਕੁਐਸ਼ਨ ਹਿੰਦ ਮਹਾਸਾਗਰ ਭਾਰਤ ਦੀ ਕਿਸ ਦਿਸ਼ਾ ਦੇ ਵਿੱਚ ਸਥਿਤ ਹੈ ਹਾਂਜੀ ਹਿੰਦ ਮਹਾਸਾਗਰ ਭਾਰਤ ਦੀ ਦੱਖਣ ਦਿਸ਼ਾ ਦੇ ਵਿੱਚ ਸਥਿਤ ਹੈ ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਦੇਖੋ ਅਰਬ ਸਾਗਰ ਭਾਰਤ ਦੇ ਪੱਛਮ ਦੇ ਵਿੱਚ ਆ ਹਿੰਦ ਮਹਾਸਾਗਰ ਭਾਰਤ ਦੇ ਦੱਖਣ ਦੇ ਵਿੱਚ ਆ ਇਸ ਨੂੰ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਭਾਰਤ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਪ੍ਰਾਂਤ ਕਿਹੜਾ ਹੈ ਹਾਂਜੀ ਭਾਰਤ ਦੇ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਪ੍ਰਾਂਤ ਆ ਉੱਤਰ ਪ੍ਰਦੇਸ਼ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਯਾਦ ਰੱਖਣਾ ਭਾਰਤ ਦੇ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਪ੍ਰਾਂਤ ਪ੍ਰਾਂਤ ਉੱਤਰ ਪ੍ਰਦੇਸ਼ ਆ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲੁਧਿਆਣਾ ਨੈਕਸਟ ਕੁਐਸਚਨ ਜ਼ਿਲ੍ਹਾ ਠੀਕ ਹੈ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਹਾਂਜੀ ਭਾਰਤ ਵਿੱਚ ਚਾਹ ਸਭ ਤੋਂ ਵੱਧ ਕਿਸ ਪ੍ਰਾਂਤ ਦੇ ਵਿੱਚ ਹੁੰਦੀ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਤੇ ਉਮੀਦ ਕਰਦੇ ਹਾਂ ਇਸ ਨੂੰ ਤੁਸੀਂ ਖੁਦ ਅਟੈਂਪਟ ਕਰਨ ਦੀ ਕੋਸ਼ਿਸ਼ ਕਰੋਗੇ ਹਾਂਜੀ ਭਾਰਤ ਦੇ ਵਿੱਚ ਚਾਹ ਸਭ ਤੋਂ ਵੱਧ ਹੁੰਦੀ ਆ ਅਸਮ ਦੇ ਵਿੱਚ ਅਸਮ ਰਾਜ ਦੇ ਵਿੱਚ ਚਾਹ ਦੀ ਪੈਦਾਵਾਰ ਆ ਜਿਹੜੀ ਉਹ ਸਭ ਤੋਂ ਵੱਧ ਹੁੰਦੀ ਆ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਤੇ ਅਸਮ ਦੀ ਕੈਪੀਟਲ ਕੀ ਆ ਦੇਸ਼ਪੁਰ ਨੈਕਸਟ ਕੁਐਸਚਨ ਭਾਰਤ ਦੇ ਕੁੱਲ ਖੇਤਰਫਲ ਦਾ ਲਗਭਗ ਕਿੰਨਾ ਮਾ ਹਿੱਸਾ ਬਣਾ ਹੈਟ ਹੈ ਹਾਂਜੀ ਭਾਰਤ ਦੇ ਕੁੱਲ ਖੇਤਰਫਲ ਦਾ ਲਗਭਗ ਚੌਥਾ ਹਿੱਸਾ ਵਾ ਜਿਹੜਾ ਕਿ ਜੰਗਲਾਂ ਦੇ ਹੇਠ ਆ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਠੀਕੇ ਬਣਾਦੇ ਹੈ ਇਥੇ ਚੌਥਾ ਹਿੱਸਾ ਨੈਕਸਟ ਕੁਐਸਚਨ ਭਾਰਤ ਦੇ ਹਿੰਦ ਵੱਲ ਕਿਹੜਾ ਸਾਗਰ ਹੈ ਹਾਂਜੀ ਭਾਰਤ ਦੇ ਹਿੰਦ ਵੱਲ ਜੇ ਅਸੀਂ ਗੱਲ ਕਰੀਏ ਸੌਰੀ ਭਾਰਤ ਦੇ ਪੱਛਮ ਵੱਲ ਬੋਲਣਾ ਸੀਗਾ ਸੌਰੀ ਇੱਥੇ ਮਿਸਟੇਕ ਨਾਲ ਬੋਲਿਆ ਗਿਆ ਮੇਰੇ ਤੋਂ ਭਾਰਤ ਦੇ ਪੱਛਮ ਵੱਲ ਕਿਹੜਾ ਸਾਗਰ ਹੈ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਅਰਬ ਸਾਗਰ ਆ ਜੋ ਉਹ ਭਾਰਤ ਦੇ ਪੱਛਮ ਵੱਲ ਆ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਤੇ ਭਾਰਤ ਦੇ ਦੱਖਣ ਵੱਲ ਹਿੰਦ ਮਹਾਸਾਗਰ ਦੱਖਣ ਵੱਲ ਆ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਭਾਰਤ ਦੀ ਸਭ ਤੋਂ ਪਹਿਲੀ ਬਹੁਮੁਖੀ ਯੋਜਨਾ ਕਿਹੜੀ ਸੀ ਹਾਂਜੀ ਭਾਰਤ ਦੀ ਸਭ ਤੋਂ ਪਹਿਲੀ ਯੋਜਨਾ ਸੀ ਜਿਹੜੀ ਬਹੁਮੁਖੀ ਯੋਜਨਾ ਉਸੀ ਦਮੋਦਰ ਘਾਟੀ ਯੋਜਨਾ ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ ਕੁਐਸ਼ਨ ਖਜ਼ਿਆਰ ਝੀਲ ਕਿਸ ਰਾਜ ਵਿੱਚ ਸਥਿਤ ਹੈ ਚੀਲ ਕਿਹੜੇ ਰਾਜ ਵਿੱਚ ਸਥਿਤ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ অপਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਹੁਣ ਖਜ਼ਿਆਰ ਚੀਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹੈ ਤਾਂ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਕੀ ਹੈ Shimla ਠੀਕ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਗ੍ਰੇਟ ਹਿਮਾਲਿਆ ਨੈਸ਼ਨਲ ਪਾਰਕ ਆ ਪਿੰਨ ਵੈਲੀ ਨੈਸ਼ਨਲ ਪਾਰਕ ਆ ਖੀਰ ਗੰਗਾ ਨੈਸ਼ਨਲ ਪਾਰਕ ਆ ਇਹਨਾਂ ਤੁਸੀਂ ਯਾਦ ਰੱਖਣਾ ਹਿਮਾਚਲ ਪ੍ਰਦੇਸ਼ ਦੇ ਬਾਰੇ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਭਾਰਤ ਵਿੱਚ ਕਿਸ ਮਹਾਦੀਪ ਵਿੱਚ ਹੈ ਸੌਰੀ ਭਾਰਤ ਕਿਸ ਮਹਾਦੀਪ ਦੇ ਵਿੱਚ ਹੈ ਹਾਂਜੀ ਸਾਡਾ ਭਾਰਤ ਕਿਹੜੇ ਮਹਾਦੀਪ ਦੇ ਵਿੱਚ ਪੈਂਦਾ ਹੈ ਏਸ਼ੀਆ ਦੇ ਵਿੱਚ ਪੈਂਦਾ ਹੈ ਆਪਸ਼ਨ ਨੰਬਰ ਏ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਗੋਡਵਿਨ ਆਸਟਿਨ ਜਾਂ K2 ਦੀ ਉਚਾਈ ਕਿੰਨੀ ਆ ਹਾਂਜੀ K2 ਗੋਡਵਿਨ ਆਸਟਿਨ ਨੂੰ ਕਿਹਾ ਜਾਂਦਾ ਹੈ ਠੀਕ ਹੈ ਸ਼ਾਰਟ ਦੇ ਵਿੱਚ ਕੀ ਉਚਾਈ ਕਿੰਨੀ ਆ 8611 ਮੀਟਰ ਠੀਕ ਹੈ ਹੁਣ ਮੈਂ ਮੀਟਰ ਦੀ ਗੱਲ ਕਰ ਰਹੀ ਹਾਂ ਕਿਲੋਮੀਟਰ ਤੇ ਮੀਟਰ ਵੱਲ ਧਿਆਨ ਦੇਣਾ 8611 ਮੀਟਰ ਗੋਡਵਿਨ ਆਸਟਨ ਦੀ ਉਚਾਈ ਹੈ অপਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ ਕੁਐਸ਼ਨ ਅਰਬ ਸਾਗਰ ਵਿੱਚ ਡਿੱਗਣ ਵਾਲੀਆਂ ਕਿਹੜੀਆਂ ਨਦੀਆਂ ਹਨ ਹਾਂਜੀ ਜਿਸ ਤਰ੍ਹਾਂ ਅਰਬ ਸਾਗਰ ਭਾਰਤ ਦੇ ਪੱਛਮ ਵਿੱਚ ਸਥਿਤ ਹੈ ਅਰਬ ਸਾਗਰ ਕਿੱਥੇ ਸਥਿਤ ਹੈ ਭਾਰਤ ਦੇ ਪੱਛਮ ਵਿੱਚ ਅਰਬ ਸਾਗਰ ਦੇ ਵਿੱਚ ਦੋ ਨਦੀਆਂ ਡਿੱਗਦੀਆਂ ਨੇ ਨਰਮਦਾ ਤੇ ਤਾਪਦੀ ਹਾਂਜੀ ਇਥੇ ਸਪੈਲਿੰਗ ਮਿਸਟੇਕ ਆ ਤਾਪਤੀ ਆਉਣਾ অপਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ ਕੁਐਸ਼ਨ ਲੱਖਦੀਪ ਕਿੱਥੇ ਸਥਿਤ ਹੈ हां जी लक्षद्वीप अरब सागर ਦੇ ਵਿੱਚ ਸਥਿਤ ਹੈ। लक्षद्वीप ਕਿੱਥੇ ਸਥਿਤ ਹੈ? ਅਰਬ ਸਾਗਰ ਦੇ ਵਿੱਚ। ਆਪਸ਼ਨ ਨੰਬਰ ਜੀ ਐ, ਏ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ। ਅਰਬ ਸਾਗਰ ਕਿੱਥੇ ਹੈ? ਭਾਰਤ ਦੇ ਪੱਛਮ ਦੇ ਵਿੱਚ। ਅਰਬ ਸਾਗਰ ਦੇ ਵਿੱਚ ਕਿਹੜੀਆਂ ਨਦੀਆਂ ਡਿੱਗਦੀਆਂ? ਨਰਮਦਾ ਤੇ ਤਾਪਤੀ। ਨੈਕਸਟ ਕੁਐਸ਼ਨ ਕਰਦੇ ਹਾਂ ਜੇ ਅਸੀਂ। ਪੂਰਬੀ ਭਾਰਤ ਦੀ ਪ੍ਰਸਿੱਧ ਨਦੀ ਕਿਹੜੀ ਹੈ? ਹਾਂ ਜੀ ਪੂਰਬ ਪੂਰਬੀ ਭਾਰਤ ਦੀ ਪ੍ਰਸਿੱਧ ਨਦੀ ਹੈ ਇਹਨਾਂ ਦੇ ਵਿੱਚੋਂ। ਦੇਖੋ ਇੱਥੇ ਆ ਕੁਐਸ਼ਨ ਇਸ ਤਰ੍ਹਾਂ ਮਡੈਂਸ ਡੈਂਸ ਡੈਂਸ ਠੀਕ ਹੈ। ਪੂਰਬੀ ਭਾਰਤ ਦੀ ਪ੍ਰਸਿੱਧ ਨਦੀ ਹੈ ਬ੍ਰਹਮਪੁੱਤਰ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੱਖਣੀ ਭਾਰਤ ਵਿੱਚ ਜ਼ਿਆਦਾ ਸਿੰਚਾਈ ਹੁੰਦੀ ਹੈ ਹਾਂਜੀ ਦੱਖਣੀ ਭਾਰਤ ਦੇ ਵਿੱਚ ਜ਼ਿਆਦਾ ਸਿੰਚਾਈ ਹੁੰਦੀ ਹੈ ਤਲਾਬਾ ਰਾਹੀਂ ਦੱਖਣੀ ਭਾਰਤ ਦੇ ਵਿੱਚ ਜ਼ਿਆਦਾ ਸਿੰਚਾਈ ਕਿੱਥੇ ਹੁੰਦੀ ਹੈ ਤਲਾਬਾ ਰਾਹੀਂ ਹੁੰਦੀ ਹੈ ਤੇ ਦੱਖਣੀ ਭਾਰਤ ਦੇ ਵਿੱਚ ਹਿੰਦ ਮਹਾਸਾਗਰ ਸੌਰੀ ਦੱਖਣ ਦੇ ਵਿੱਚ ਹਾਂਜੀ ਹਿੰਦ ਮਹਾਸਾਗਰ ਸਥਿਤ ਆ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਨੈਕਸਟਵਰਸ਼ਨ ਅਸੀਂ ਕਰਦੇ ਹਾਂ ਜੀ ਭਾਰਤ ਵਿੱਚ ਆਖਰੀ ਸੌਰੀ ਭਾਰਤ ਦੇ ਵਿੱਚ ਅਖਬਾਰੀ ਕਾਗਜ਼ ਬਣਾਉਣ ਦਾ ਕੇਂਦਰ ਹਾਂਜੀ ਭਾਰਤ ਦੇ ਵਿੱਚ ਅਖਬਾਰੀ ਕਾਗਜ਼ ਬਣਾਉਣ ਦਾ ਕੇਂਦਰ ਕਿੱਥੇ ਸਥਾਪਿਤ ਹੈ ਨਿਪਾਨ ਨਗਰ ਵਿੱਚ ਠੀਕ ਹੈ ਆਪਸ਼ਨ ਨੰਬਰ ਡੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਪਰਸਨ ਭਾਰਤ ਦੇ ਕਿਸੇ ਰਾਜ ਵਿੱਚ ਸਭ ਤੋਂ ਵੱਧ ਹੁੰਦੀ ਆ ਹਾਂਜੀ ਇੱਥੇ ਵੀ ਮਿਸਟੇਕ ਹੈ ਪ੍ਰਾਂਤ ਰਾਜ ਸੇਵੀ ਹੁੰਦਾ ਠੀਕ ਹੈ ਪੱਟਸਨ ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਹੁੰਦੀ ਹੈ ਹਾਂਜੀ ਪੱਟਸਨ ਆ ਜਿਹੜੀ ਉਹ ਭਾਰਤ ਦੇ ਪੱਛਮੀ ਬੰਗਾਲ ਰਾਜ ਦੇ ਵਿੱਚ ਸਭ ਤੋਂ ਵੱਧ ਹੁੰਦੀ ਹੈ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਹੁਣ ਪੱਛਮੀ ਬੰਗਾਲ ਦੇ ਵਿੱਚ ਪੱਟਸਨ ਹੁੰਦੀ ਹੈ ਤਾਂ ਪੱਛਮੀ ਬੰਗਾਲ ਦੀ ਕੈਪੀਟਲ ਕੀ ਹੈ ਕੋਲਕਾਤਾ ਕੋਲਕਾਤਾ ਕਿਹੜੀ ਨਦੀ ਦੇ ਕਿਨਾਰੇ ਸਥਿਤ ਹੈ ਹੁਗਲੀ ਨਦੀ ਦੇ ਕਿਨਾਰੇ ਸਥਿਤ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਭਾਰਤ ਵਿੱਚ ਹਿਮਾਲਿਆ ਪਾਰਵਤ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਕੀ ਆ ਹਾਂਜੀ ਹਿਮਾਲਿਆ ਪਰਬਤ ਹੁਣ ਤੁਸੀਂ ਯਾਦ ਰੱਖਣਾ ਮੈਂ ਹਿਮਾਲਿਆ ਪਰਬਤ ਦੀ ਗੱਲ ਕਰ ਰਹੀ ਹਾਂ ਜਿਸ ਨੂੰ ਅਸੀਂ K2 ਵੀ ਬੋਲਿਆ ਸੀਗਾ ਵਿੱਚ ਭਾਰਤ ਵਿੱਚ ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਕੀ ਆ ਗੋਡਵਿਨ ਆਸਟਿਨ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਇਹ ਚੋਟੀ ਪਾਕਿਸਤਾਨ ਦੇ ਨਜ਼ਾਇਜ਼ ਕਬਜ਼ੇ ਦੇ ਵਿੱਚ ਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਭਾਰਤ ਵਿੱਚ ਲੋਹਾ ਇਸਪਾਤ ਦਾ ਪਹਿਲਾ ਕਾਰਖਾਨਾ ਕਿੱਥੇ ਸਥਾਪਿਤ ਕੀਤਾ ਗਿਆ ਹਾਂਜੀ ਭਾਰਤ ਦੇ ਵਿੱਚ ਲੋਹਾ ਇਸਪਾਤ ਦਾ ਪਹਿਲਾ ਖਾਰਖਾਨਾ ਸੀ ਜੋ ਉਹ ਜਮਸ਼ੇਦਪੁਰ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਤੇ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਕਿਉਂਕਿ ਮੈਂ ਤੁਹਾਨੂੰ ਆਲਰੇਡੀ ਕਮੈਂਟ ਬਾਕਸ ਜਦੋਂ ਅਸੀਂ ਕਰੰਟ ਅਫੇਅਰ ਦੀ ਵੀਡੀਓ ਕਰਦੇ ਹਾਂ ਤਾਂ ਉਸ ਦੇ ਵਿੱਚ ਜ਼ਰੂਰ ਦੱਸਦੀ ਹਾਂ ਕਿ ਕਿਹੜਾ ਜ਼ਿਲ੍ਹਾ ਕਿਹੜੇ ਰਾਜ ਦੇ ਵਿੱਚ ਪੈਂਦਾ ਹੈ ਜਮਸ਼ੇਦਪੁਰ ਦੱਸਣਾ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਿ ਕਿਹੜੇ ਰਾਜ ਦੇ ਵਿੱਚ ਆ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਅਲਕਨੰਦਾ ਅਤੇ ਭਾਗੀਰਤੀ ਦਾ ਸੁਮੇਲ ਕਿਸ ਜਗ੍ਹਾ ਤੇ ਹੁੰਦਾ ਹੈ ਹਾਂਜੀ ਵੈਰੀ ਇੰਪੋਰਟੈਂਟ ਕੁਐਸ਼ਨ ਅਸੀਂ ਅੱਗੇ ਵੀ ਕਰ ਚੁੱਕੇ ਹਾਂ ਅਲਕਨੰਦਾ ਅਤੇ ਭਾਗੀਰਤੀ ਦਾ ਜਿਹੜਾ ਸੁਮੇਲ ਆ ਜਾਂ ਸੰਗਮ ਆ ਉਹ ਦੇਵ ਪ੍ਰਯਾਗ ਦੇ ਹੁੰਦਾ ਹੈ ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਭਾਰਤ ਦਾ ਪੌਣ ਪਾਣੀ ਕਿਹੋ ਜਿਹਾ ਹੈ ਹਾਂਜੀ ਭਾਰਤ ਦੇ ਪੌਣ ਪਾਣੀ ਦੀ ਅਸੀਂ ਗੱਲ ਕਰੀ ਤਾਂ ਉਸਨ ਮੌਨਸੂਨੀ ਆ ਆਪਸ਼ਨ ਨੰਬਰ ਏ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਭਾਰਤ ਵਿੱਚ ਵਧੇਰੇ ਵਰਖਾ ਹੁੰਦੀ ਹੈ ਭਾਰਤ ਵਿੱਚ ਵਧੇਰੇ ਵਰਖਾ ਜੁਲਾਈ ਤੋਂ ਸਤੰਬਰ ਦੇ ਮਹੀਨੇ ਦੇ ਵਿੱਚ ਜ਼ਿਆਦਾ ਹੁੰਦੀ ਹੈ ਠੀਕ ਹੈ ਤੁਸੀਂ ਯਾਦ ਰੱਖਣਾ ਆਪਸ਼ਨ ਨੰਬਰ A ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਕਿਉਂਕਿ ਜੁਲਾਈ ਤੋਂ ਸਤੰਬਰ ਤੱਕ ਜਿਹੜੀ ਭਾਰਤ ਦੇ ਵਿੱਚ ਜ਼ਿਆਦਾ ਵਰਖਾ ਹੁੰਦੀ ਹੈ ਨੈਕਸਟ ਕੁਐਸ਼ਨ ਸਾਗਵਾਨ ਦੇ ਦਰਖਤ ਭਾਰਤ ਵਿੱਚ ਵਧੇਰੇ ਕਰਕੇ ਕਿੱਥੇ ਮਿਲਦੇ ਹਨ ਹਾਂਜੀ ਸਾਗਵਾਨ ਦੇ ਦਰਖਤ ਭਾਰਤ ਦੇ ਵਿੱਚ ਵਧੇਰੇ ਕਰਕੇ ਪੱਛਮੀ ਘਾਟ ਦੇ ਵਿੱਚ ਮਿਲਦੇ ਆ ਆਪਸ਼ਨ ਨੰਬਰ B ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਮਰੀਨਾ ਬੀਚ ਕਿਸ ਜਗ੍ਹਾ ਜਗ੍ਹਾ ਤੇ ਹੈ ਹਾਂ ਜੀ ਮਰੀਨਾ ਬੀਚ ਮਰੀਨਾ ਬੀਚ ਆ ਜੋ ਉਹ ਚੇਨਈ ਦੇ ਵਿੱਚ ਆ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਚੇਨਈ ਨਹੀਂ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਤਾਮਿਲਨਾਡੂ ਦੀ ਕੈਪੀਟਲ ਹੈ ਚੇਨਈ ਨਿਜ਼ਾਮਤੀਲਾ ਕੁਡਾਈਕ ਨਾਲ ਝੀਲਾ ਚੈਬਰਮਕਮ ਝੀਲਾ ਇਹ ਤੁਸੀਂ ਯਾਦ ਰੱਖਣਾ ਤਮਿਲਨਾਡੂ ਦੇ ਬਾਰੇ ਤੇ ਤਮਿਲਨਾਡੂ ਨੂੰ ਰੀਸੈਂਟਲੀ ਸੱਤੇ ਮੰਗਲਮ ਟਾਈਗਰ ਰਿਜ਼ਰਵ ਨੂੰ ਟੈਕਸ 2 ਪੁਰਸਕਾਰ ਮਿਲਿਆ ਕਿਉਂ ਇਹ ਤੁਸੀਂ ਯਾਦ ਰੱਖਣਾ ਇੰਪੋਰਟੈਂਟ ਹੈ ਤੁਹਾਡੇ ਲਈ ਸੱਤੇ ਮੰਗਲਮ ਟਾਈਗਰ ਰਿਜ਼ਰਵ ਤਮਿਲਨਾਡੂ ਦੇ ਵਿੱਚ ਹੈ ਇਸ ਨੂੰ ਟੈਕਸ 2 ਪੁਰਸਕਾਰ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੋ ਦੁੱਗਣੀ ਹੋ ਗਈ ਆ ਨੈਕਸਟ ਕੁਐਸਚਨ ਭਾਰਤ ਦਾ ਖੇਤਰਫਲ ਸੰਸਾਰ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹੈ ਹਾਂਜੀ ਜੇ ਅਸੀਂ ਭਾਰਤ ਦੇ ਖੇਤਰਫਲ ਦੀ ਗਣਨਾ ਕਰੀਏ ਤਾਂ ਭਾਰਤ ਦਾ ਖੇਤਰਫਲ ਕਿੰਨਾ ਹੈ 32000 ਮੈਂ ਤੁਹਾਨੂੰ ਰੀਸੈਂਟਲੀ ਕਰਵਾਇਆ 32 ਸੌਰੀ 32 ਲੱਖ 87263 ਤੇ ਪਰਸੈਂਟੇਜ ਦੇ ਵਿੱਚ ਅਸੀਂ ਗੱਲ ਕਰੀਏ ਕਿ ਖੇਤਰਫਲ ਪੂਰੇ ਸੰਸਾਰ ਦਾ ਕਿੰਨੇ ਪ੍ਰਤੀਸ਼ਤ ਹੈ ਤਾਂ ਉਹ ਹੈ 70 ਸੌਰੀ অপশন নাম্বার বি ਇਸ কোশ্চেন ਦਾ রাইਟ ਆਨਸਰ ਹੈ ਨੈਕਸਟ ਕੁਐਸ਼ਨ ਭਾਰਤ ਵਿੱਚ ਪਹਿਲੀ ਰੇਲ ਕਿੱਥੋਂ ਤੋਂ ਕਿੱਥੋਂ ਤੱਕ ਚੱਲੀ ਸੀ ਹਾਂਜੀ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਆ ਭਾਰਤ ਦੇ ਵਿੱਚ ਪਹਿਲੀ ਰੇਲ ਆ ਜਿਹੜੀ ਉਹ ਮੁੰਬਈ ਤੋਂ ਠਾਣੇ ਤੱਕ ਚੱਲੀ ਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ অপਸ਼ਨ ਨੰਬਰ ਏ ਇਸ ਕੁਐਸ਼ਨ ਦਾ রাইਟ ਆਨਸਰ ਹੈ ਨੈਕਸਟ ਕੁਐਸ਼ਨ ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਖੇਤੀ ਕਰਦੇ ਹਨ ਹਾਂਜੀ ਭਾਰਤ ਦੇ ਵਿੱਚ ਟੋਟਲ 70% ਲੋਕ ਆ ਜਿਹੜੇ ਖੇਤੀ ਕਰਦੇ ਆ ਨੈਕਸਟ ਕੁਐਸ਼ਨ ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਮਿਲਦੀ ਆ ਹਾਂਜੀ ਭਾਰਤ ਦੇ ਵਿੱਚ ਟੋਟਲ 4 ਤਰ੍ਹਾਂ ਦੀ ਮਿੱਟੀ ਮਿਲਦੀ ਆ ਆਪਸ਼ਨ ਨੰਬਰ ਡੀ ਇਸ ਕੁਐਸਚਨ ਦਾ ਰਾਈਟ ਆਨਸਰ ਆ ਜਿਹੜਾ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਭਾਰਤ ਵਿੱਚ ਸਭ ਤੋਂ ਵੱਧ ਕੇਸਰ ਦੇ ਉਤਪਾਦਨ ਵਿੱਚ ਕਿਹੜਾ ਰਾਜ ਮੋਹਰੀ ਆ ਵੈਰੀ ਵੈਰੀ ਇੰਪੋਰਟੈਂਟ ਭਾਰਤ ਦੇ ਵਿੱਚ ਸਭ ਤੋਂ ਵੱਧ ਕੇਸਰ ਦੇ ਉਤਪਾਦਨ ਦੇ ਵਿੱਚ ਮੋਹਰੀ ਰਾਜ ਆ ਜੰਮੂ ਕਸ਼ਮੀਰ ਤੇ ਤੁਸੀਂ ਇੱਕ ਗੱਲ ਯਾਦ ਰੱਖਣਾ ਸੀ ਜੰਮੂ ਕਸ਼ਮੀਰ ਦੀ ਗੱਲ ਕਰ ਰਹੇ ਆ ਤਾਂ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਦੱਸ ਰਿਹੀਂ ਦਿੰਨੀ ਆ ਜੰਮੂ ਕਸ਼ਮੀਰ ਪਹਿਲਾਂ ਇੱਕ ਰਾਜ ਸੀ ਹੁਣੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ ਇੱਕ ਜੰਮੂ ਕਸ਼ਮੀਰ ਅਤੇ ਦੂਸਰਾ ਲਦਾਖ ਹੁਣ ਸਟੂਡੈਂਟ ਪੁਆਇੰਟ ਆਫ View ਤੋਂ ਤੁਹਾਡੇ ਲਈ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਬਣਦਾ ਹੈ ਕਿ ਹੈਮਿਸ نیشنل ਪਾਰਕ ਕਿੱਥੇ ਆ ਕਿਉਂਕਿ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆ ਚੁੱਕਿਆ ਹੈ ਹੈਮਿਸ نیشنل پارک ਕਿੱਥੇ ਆ ਤਾਂ ਹੈਮਿਸ نیشنل پارک ਆ ਜੋ ਪਹਿਲਾਂ ਇਸ ਦਾ ਆਨਸਰ ਹੁੰਦਾ ਸੀ ਜੰਮੂ ਕਸ਼ਮੀਰ ਹੁਣ ਇਸ ਦਾ ਆਨਸਰ ਹੋਵੇਗਾ ਲਦਾਖ ਹੈਮਿਸ نیشنل پارک ਲਦਾਖ ਦੇ ਵਿੱਚ ਆ ਠੀਕ ਹੈ ਜੀ ਜੇ ਹੁਣ ਅਸੀਂ ਜੰਮੂ ਕਸ਼ਮੀਰ ਦੇ نیشنل پارک ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਡੱਚਗ੍ਰਾਮ نیشنل پارک ਆ ਕਿਸਤ ਬਾੜ ਨੈਸ਼ਨਲ ਪਾਰਕ ਆ ਡਾਕਟਰ ਸੁਲੀਮ ਅਲੀ ਨੈਸ਼ਨਲ ਪਾਰਕ ਆ ਜੰਮੂ ਕਸ਼ਮੀਰ ਦੇ ਵਿੱਚ ਡਲ ਝੀਲ ਆ ਬੁਲਰ ਝੀਲ ਆ ਜੰਮੂ ਕਸ਼ਮੀਰ ਦੇ ਵਿੱਚ ਗਾਇਮਰ ਝੀਲ ਆ ਮਾਨਸਵਾਲ ਝੀਲ ਆ ਗੰਗਾਬਲ ਝੀਲ ਆ ਕੋਸਰਬਲ ਝੀਲ ਆ ਸ਼ੇਸ਼ਨਾਗ ਝੀਲ ਆ ਨਾਗਿਨ ਝੀਲ ਆ ਵੈਰੀਨਾਗ ਝੀਲ ਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਸਾਬਰੀਮਾਲਾ ਕਿਸ ਰਾਜ ਵਿੱਚ ਸਥਿਤ ਹੈ ਹਾਂਜੀ ਸਾਬਰੀਮਾਲਾ ਕਿਸ ਰਾਜ ਵਿੱਚ ਸਥਿਤ ਹੈ ਕੇਰਲ ਦੇ ਵਿੱਚ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨਾਲ ਰਿਲੇਟਿਡ ਵੀ ਮਾਈ ਇੰਪੋਰਟੈਂਟ ਫੈਕਟ ਤੁਹਾਨੂੰ ਦੱਸ ਦਿੰਨੀ ਆ ਜਿਹੜੇ ਜੀਓਗ੍ਰਾਫੀ ਦੇ ਬਣ ਰਹੇ ਆ ਕੇਰਲ ਦੀ ਕੈਪੀਟਲ ਆ ਤ੍ਰਿਵੰਤਮਪੁਰਮ ਤੇ ਇੱਥੋਂ ਦੇ ਵਿੱਚ ਦੇਖੋ ਜਿਹੜੇ ਨੈਸ਼ਨਲ ਪਾਰਕ ਆ ਉਹ ਹੈਗਾ ਅਨਾਈਮੂੜੀ 16 ਨੈਸ਼ਨਲ ਪਾਰਕ ਮੱਤੀਕੇਤਨ 16 ਨੈਸ਼ਨਲ ਪਾਰਕ ਪਵੜਮ 16 ਨੈਸ਼ਨਲ ਪਾਰਕ ਸਾਇਲੈਂਟ ਵੈਲੀ ਨੈਸ਼ਨਲ ਪਾਰਕ अरविकुलम नेशनल पार्क पेरियार नेशनल पार्क ਇਹਨਾਂ ਤੁਸੀਂ ਯਾਦ ਰੱਖਣਾ ਕੇਰਲ ਦੇ ਬਾਰੇ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਂਜੀ ਨੰਦਾ ਦੇਵੀ ਚੋਟੀ ਦੀ ਉਚਾਈ ਕਿੰਨੀ ਹੈ ਹਾਂਜੀ ਨੰਦਾ ਦੇਵੀ ਚੋਟੀ ਦੀ ਉਚਾਈ 7818 ਮੀਟਰ ਹੈ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਭਾਰਤ ਵਿੱਚ ਸੋਨਾ ਕਿਹੜੇ ਰਾਜ ਵਿੱਚ ਮਿਲਦਾ ਹੈ ਹਾਂਜੀ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਕਿ ਕਿਹੜਾ ਦੇਸ਼ ਕਿਸ ਚੀਜ਼ ਦੇ ਵਿੱਚ ਮਾਹਰ ਆ ਜਿਵੇਂ ਅਸੀਂ ਗੱਲ ਕੀਤੀ ਸੀ ਕੇਸਰ ਦੀ ਕੇਸਰ ਦੇ ਉਤਪਾਦਨ ਵਿੱਚ ਜੰਮੂ ਕਸ਼ਮੀਰ ਮਾਹਰ ਆ ਚਾਹ ਦੇ ਉਤਪਾਦਨ ਦੇ ਵਿੱਚ ਅਸਮ ਮਾਹੀਰਾ ਉਸੇ ਤਰ੍ਹਾਂ ਭਾਰਤ ਵਿੱਚ ਸੋਨਾ ਕਿਹੜੇ ਰਾਜ ਵਿੱਚ ਮਿਲਦਾ ਹੈ ਕਰਨਾਟਕ ਦੇ ਵਿੱਚ ਮਿਲਦਾ ਹੈ অপਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਈ ਕੈਪੀਟਲ ਕੀ ਹੈ ਬੰਗਲੌਰ ਇੱਥੋਂ ਦੇ ਚੀਫ ਮਿਨਿਸਟਰ ਤਰਾ ਬਸਵਰਾਜ ਬੋਮਈ ਕਰਨਾਟਕ ਦੇ ਵਿੱਚ ਬੰਦੀਪੂਰੀ ਨੈਸ਼ਨਲ ਪਾਰਕ ਆ ਅੰਛੀ ਨੈਸ਼ਨਲ ਪਾਰਕ ਆ ਨਗਰਹੌਲ ਨੈਸ਼ਨਲ ਪਾਰਕ ਆ ਕੁਦਰੇਮੁਖਾ ਨੈਸ਼ਨਲ ਪਾਰਕ ਆ ਬੰਨਰਕਾਟਾ ਨੈਸ਼ਨਲ ਪਾਰਕ ਆ ਇਹ ਤੁਸੀਂ ਯਾਦ ਰੱਖਣੇ ਇੰਪੋਰਟੈਂਟ ਨੈਸ਼ਨਲ ਪਾਰਕ ਕਰਨਾਟਕ ਦੇ ਨੈਕਸਟ ਪਰਸ਼ਨ ਬੰਗਾਲ ਦੀ ਖਾੜੀ ਭਾਰਤ ਦੀ ਪੂਰਬ ਦਿਸ਼ਾ ਦੇ ਵੱਲ ਹੈ ਹਾਂਜੀ ਬੰਗਾਲ ਦੀ ਖਾੜੀ ਭਾਰਤ ਦੀ ਪੂਰਬ ਦਿਸ਼ਾ ਦੇ ਵੱਲ ਆਪਸ਼ਨ ਨੰਬਰ ਡੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਹੁਣ ਤੁਸੀਂ ਇੱਥੋਂ ਯਾਦ ਰੱਖਣਾ ਕਿ ਭਾਰਤ ਦੇ ਪੱਛਮ ਦੇ ਵਿੱਚ ਅਰਬ ਸਾਗਰ ਆ ਠੀਕ ਹੈ ਭਾਰਤ ਦੇ ਦੱਖਣ ਦੇ ਵਿੱਚ ਹਿੰਦ ਮਹਾਸਾਗਰ ਆ ਤੇ ਭਾਰਤ ਦੇ ਪੂਰਬ ਦੇ ਵਿੱਚ ਬੰਗਾਲ ਦੀ ਖਾੜੀ ਆ ਨੈਕਸਟ ਕੁਐਸ਼ਨ ਭਾਰਤ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਕੰਚਨ ਜੰਗਾ ਦੀ ਉਚਾਈ ਹੈ ਹਾਂਜੀ ਭਾਰਤ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਕੰਚਨ ਜੰਗਾ ਦੀ ਉਚਾਈ 8580 ਮੀਟਰ ਹੈ ਆਪਸ਼ਨ ਨੰਬਰ A ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਆਗਰਾ ਕਿਸ ਨਦੀ ਤੇ ਸਥਿਤ ਹੈ ਵੈਰੀ ਇੰਪੋਰਟੈਂਟ ਕੁਐਸਚਨ ਹਾਂਜੀ ਆਗਰਾ ਆਗਰਾ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ ਹੈ ਤੇ ਆਗਰਾ ਕਿਹੜੀ ਨਦੀ ਤੇ ਸਥਿਤ ਹੈ অপਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਭਾਰਤ ਦੇ ਕਿਹੜੇ ਰਾਜ ਦੀ ਰਾਜਧਾਨੀ ਗੌਮਤੀ ਨਦੀ ਤੇ ਸਥਿਤ ਹੈ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਗੌਮਤੀ ਨਦੀ ਤੇ ਕਿਹੜੇ ਰਾਜ ਦੀ ਰਾਜਧਾਨੀ ਸਥਿਤ ਤਾਂ ਹਾਂਜੀ ਹਾਂਜੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਤੁਸੀਂ ਦੇਖ ਸਕਦੇ ਹੋ ਭਾਰਤ ਦੇ ਕਿਹੜੇ ਰਾਜ ਦੀ ਰਾਜਧਾਨੀ ਗੌਂਤੀ ਨਦੀ ਤੇ ਸਥਿਤ ਹੈ ਮੈਂ ਤੁਹਾਨੂੰ ਗਰੰਟ ਅਫੇਰ ਦੀ ਵੀਡੀਓ ਦੇ ਵਿੱਚ ਆਲਰੇਡੀ ਦੱਸ ਚੁੱਕੀ ਹੁੰਨੀ ਆ ਕਿ ਭਾਰਤ ਦੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਆ ਜਿਹੜੀ ਗੌਂਤੀ ਨਦੀ ਤੇ ਸਥਿਤ ਆ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਭਾਰਤ ਦੇ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਜੇ ਅਸੀਂ ਗੱਲ ਕਰੀ ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਲਖਨਊ ਲਖਨਊ ਗੌਂਤੀ ਨਦੀ ਦੇ ਕਿਨਾਰੇ ਤੇ ਸਥਿਤ ਆ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾ ਨੈਸ਼ਨਲ ਪਾਰਕ ਆ ਉੱਤਰ ਪ੍ਰਦੇਸ਼ ਦੇ ਵਿੱਚ ਕਤਰਨਿਆ ਘਾਟ ਵਾਈਲਡ ਲਾਈਫ ਸੈਂਚਰੀ ਆ ਪੇਲੇਬੀਤ ਟਾਈਗਰ ਰਿਜ਼ਰਵ ਆ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਪਟਨਾ ਕਿਸ ਨਦੀ ਦੇ ਕਿਨਾਰੇ ਸਥਿਤ ਆ ਹਾਂਜੀ ਪਟਨਾ ਕਿਸ ਨਦੀ ਤੇ ਸਥਿਤ ਆ ਗੰਗਾ ਨਦੀ ਤੇ ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਬਦਰੀਨਾਥ ਕਿਸ ਨਦੀ ਤੇ ਸਥਿਤ ਹੈ ਹਾਂਜੀ ਬਦਰੀਨਾਥ ਅਲਕਨੰਦਾ ਨਦੀ ਦੇ ਸਥਿਤ ਆ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਬ੍ਰਹਮਪੁੱਤਰ ਨਦੀ ਕਿੱਥੋਂ ਨਿਕਲਦੀ ਹੈ ਹਾਂਜੀ ਬ੍ਰਹਮਪੁੱਤਰ ਨਦੀ ਮਾਨਸ ਰੋਵਰ ਝੀਲ ਤੋਂ ਨਿਕਲਦੀ ਹੈ ਤੇ ਮਾਨਸ ਰੋਵਰ ਝੀਲ ਕਿਹੜੇ ਰਾਜ ਵਿੱਚ ਪੈਂਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਬ੍ਰਹਮਪੁੱਤਰ ਨਦੀ ਮਾਨਸ ਰੋਵਰ ਝੀਲ ਤੋਂ ਨਿਕਲਦੀ ਹੈ ਨੈਕਸਟ ਕੁਐਸਚਨ ਇਥੇ ਆਪਸ਼ਨ ਨੰਬਰ ਤੁਹਾਡਾ ਬੀ ਰਾਈਟ ਆ ਹਾਂਜੀ ਜੇਕਰ ਤੁਹਾਨੂੰ ਇਹਨਾਂ ਦਾ ਨਹੀਂ ਪਤਾ ਨਾ ਤਾਂ ਤੁਸੀਂ ਕਰੰਟ ਅਫੇਅਰ ਡੇਲੀ ਜ਼ਰੂਰ ਦੇਖਿਆ ਕਰੋ ਕਰੰਟ ਅਫੇਅਰ ਦੇ ਵਿੱਚ ਮੈਂ ਤੁਹਾਨੂੰ ਸਾਰੇ ਇਸ ਤਰ੍ਹਾਂ ਦੇ ਇੰਪੋਰਟੈਂਟ ਫੈਕਟ ਦੱਸਦੀਆਂ ਜਿਹੜੇ ਜੀਓਗ੍ਰਾਫੀ ਦੇ ਨਾਲ ਰਿਲੇਟਿਡ ਆ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਜ਼ਿਆਦਾ ਪੁੱਛੇ ਜਾਂਦੇ ਆ ਤੇ ਇੰਟਰਵਿਊ ਦੀ ਜੇ ਗੱਲ ਕਰੀਏ ਤਾਂ ਇੰਟਰਵਿਊ ਹੈ ਜਿਹੜੀ ਉਹ ਸਾਰੀ ਜੀਓਗ੍ਰਾਫੀ ਦੇ ਵੇਸੇ ਪੁੱਛੀ ਜਾਂਦੀ ਆ ਠੀਕ ਹੈ ਇੰਟਰਵਿਊ ਦੇ ਵਿੱਚ ਜੋ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ ਆ ਐਗਜ਼ਾਮ ਤੋਂ ਵੱਧ ਅ ਇੰਟਰਵਿਊ ਹੁੰਦੀ ਆ ਤੁਹਾਡੇ ਪ੍ਰਾਈਵੇਟ ਜੌਬ ਦੇ ਲਈ ਵੀ ਜਦ ਤੁਸੀਂ ਅਪਲਾਈ ਕਰਦੇ ਹੋ ਜਾਂਦੇ ਆ ਤਾਂ ਉੱਥੇ ਵੀ ਤੁਹਾਨੂੰ ਜੀਓਗ੍ਰਾਫੀ ਦੇ ਨਾਲ ਰਿਲੇਟਿਡ ਹੀ ਕੁਐਸਚਨ ਪੁੱਛੇ ਜਾਂਦੇ ਆ ਪਰ ਬਾਕੀ ਜੌਬ ਤੇ ਵੀ ਡਿਪੈਂਡ ਹੈ ਕਿ ਕਿਸ ਤਰ੍ਹਾਂ ਦੀ ਜੌਬ ਕਿਹੜੇ ਫੀਲਡ ਦੇ ਵਿੱਚ ਆ ਨੈਕਸਟਵਰਸ਼ਨ ਪੂਰਬ ਵੱਲ ਸਾਡੇ ਗੁਆੰਡੀ ਦੇਸ਼ ਕਿਹੜੇ ਹਨ ਹਾਂਜੀ ਪੂਰਬ ਦੇ ਵੱਲ ਸਾਡੇ ਜਿਹੜੇ ਗੁਆੰਡੀ ਦੇਸ਼ ਆ ਉਹ ਇੱਕ ਤਾਂ ਬੰਗਲਾਦੇਸ਼ ਆ ਤੇ ਦੂਸਰਾ ਬਰਮਾ ਜਿਸ ਦਾ ਨਵਾਂ ਨਾਮ ਮਿਆਂਮਾਰ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਪੂਰਬ ਦੇ ਵੱਲ ਸਾਡੇ ਗੁਆੰਡੀ ਦੇਸ਼ ਆ ਬਰਮਾ ਤੇ ਬੰਗਲਾਦੇਸ਼ ਨੈਕਸਟ ਕੁਐਸਚਨ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਕਿਹੜਾ ਹੈ ਖੇਤਰਫਲ ਦੇ ਪੱਖੋਂ ਭਾਰਤ ਦੇ ਸਭ ਤੋਂ ਛੋਟਾ ਰਾਜ ਹੈ ਗੋਆ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਭਾਰਤ ਦਾ ਗੁਲਾਬੀ ਸ਼ਹਿਰ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਪਿੰਕ ਸਿਟੀ ਕਿਸ ਨੂੰ ਕਿਹਾ ਜਾਂਦਾ ਹੈ ਪਿੰਕ ਸਿਟੀ ਕਿਹਾ ਜਾਂਦਾ ਹੈ ਜੈਪੁਰ ਨੂੰ ਰਾਜਸਥਾਨ ਦੀ ਕੈਪੀਟਲ ਹੈ ਜੈਪੁਰ ਤੇ ਜੈਪੁਰ ਨੂੰ ਹੀ ਪਿੰਕ ਸਿਟੀ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ त्रिवंतमपुरम किस राज्य की राजस्थानी है ऑलरेडी ਤੁਹਾਨੂੰ ਦੱਸ ਚੁੱਕੀ ਹਾਂ ਕਿ ਕੇਰਲਾ राज्य की राजस्थानी है त्रिवंतमपुरम ऑप्शन नंबर सी इस क्वेश्चन ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਇਨ੍ਹਾਂ ਵਿੱਚੋਂ ਕਿਹੜੀ ਨਦੀ ਗੰਗਾ ਦੀ ਸਹਾਇਕ ਨਦੀ ਨਹੀਂ ਹੈ ਹਾਂਜੀ ਇਨ੍ਹਾਂ ਦੇ ਵਿੱਚੋਂ ਕਿਹੜੀ ਨਦੀ ਆ ਜਿਹੜੀ ਗੰਗਾ ਦੀ ਸਹਾਇਕ ਨਦੀ ਨਹੀਂਗੀ ਵੈਨ ਗੰਗਾ ਆਪਸ਼ਨ ਨੰਬਰ ਡੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਇਨ੍ਹਾਂ ਵਿੱਚੋਂ ਕਿਹੜੀ ਨਦੀ ਦੱਖਣੀ ਭਾਰਤ ਦੀ ਨਦੀ ਨਹੀਂ ਹੈ ਹਾਂਜੀ ਇਨ੍ਹਾਂ ਦੇ ਵਿੱਚੋਂ ਕਿਹੜੀ ਨਦੀ ਆ ਜਿਹੜੀ ਦੱਖਣੀ ਭਾਰਤ ਦੀ ਨਦੀ ਨਹੀਂਗੀ ਤਾਂ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ B ਬ੍ਰਹਮਪੁੱਤਰ ਬ੍ਰਹਮਪੁੱਤਰ ਨਦੀ ਆ ਜਿਹੜੀ ਇਹ ਦੱਖਣੀ ਭਾਰਤ ਦੀ ਨਦੀ ਨਹੀਂਗੀ ਨੈਕਸਟ ਕੁਐਸ਼ਨ ਅਸੀਂ ਗੱਲ ਕਰਦੇ ਹਾਂ ਜੀ ਦੁਰਗਾਪੁਰ ਦਾ ਇਸਪਾਤ ਕਾਰਖਾਨਾ ਕਿਸ ਦੇਸ਼ ਦੇ ਸਹਿਯੋਗ ਨਾਲ ਲਗਾਇਆ ਗਿਆ ਦੁਰਗਾਪੁਰ ਦੁਰਗਾਪੁਰ ਦਾ ਇਸਪਾਤ ਕਾਰਖਾਨਾ ਬਰਤਾਨੀਆਂ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਸੀ ਆਪਸ਼ਨ ਨੰਬਰ ਏ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਭਾਰਤ ਦੇ ਕਿਸ ਖੇਤਰ ਵਿੱਚ ਸਭ ਤੋਂ ਪਹਿਲੀ ਗਰਮੀਆਂ ਦੀ ਮੌਨਸੂਨ ਹੁੰਦੀ ਹੈ ਹਾਂਜੀ ਭਾਰਤ ਦੇ ਸਭ ਤੋਂ ਪਹਿਲਾਂ ਪੱਛਮੀ ਘਾਟ ਦੇ ਵਿੱਚ ਗਰਮੀਆਂ ਦੀ ਪਹਿਲੀ ਮੌਨਸੂਨ ਜਿਹੜੀ ਉਹ ਹੁੰਦੀ ਹੈ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਭਾਰਤ ਦੀ ਔਸਤ ਸਾਲਾਨਾ ਵਰਖਾ ਲਗਭਗ ਕਿੰਨੀ ਹੈ ਹਾਂਜੀ ਭਾਰਤ ਦੀ ਔਸਤ ਸਾਲਾਨਾ ਵਰਖਾ ਲਗਭਗ 118 ਸੈਂਟੀਮੀਟਰ ਹੈ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਸਿਆਲ ਅਤੇ ਮੁਰਦੀਆਂ ਮਾਨਸੂਨਾਂ ਭਾਰਤ ਦੇ ਕਿਸ ਖੇਤਰ ਵਿੱਚ ਵਰਖਾ ਕਰਦੀਆਂ ਹਨ ਹਾਂਜੀ ਸੌਰੀ ਮੈਂ ਇੱਥੇ ਅਤੇ ਬੋਲ ਦਿੱਤਾ ਸਿਆਲ ਦੇ ਵਿੱਚ ਜਿਹੜੀਆਂ ਮਾਨਸੂਨਾਂ ਵਾਪਸ ਜਾਂਦੀਆਂ ਨੇ ਤਾਂ ਕਿਸ ਖੇਤਰ ਦੇ ਵਿੱਚ ਵਰਖਾ ਕਰਕੇ ਜਾਂਦੀਆਂ ਨੇ ਤਮਿਲਨਾਡੂ ਦੇ ਤੱਟ ਦੇ ਉੱਪਰ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਇਨਾਂ ਵਿੱਚੋਂ ਕਿਸ ਰਾਜ ਦੀ ਸੀਮਾ ਪੰਜਾਬ ਰਾਜ ਨਾਲ ਨਹੀਂ ਲੱਗਦੀ ਹਾਂਜੀ ਜੰਮੂ ਕਸ਼ਮੀਰ ਤੇ ਇੱਕ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁੱਕਿਆ ਹੈ ਤੇ ਵੈਸੇ ਇੱਥੇ ਰਾਜ ਲਿਖਿਆ ਹੈ ਤੁਹਾਨੂੰ ਇਹ ਵੀ ਆ ਸਕਦਾ ਹੈ ਕਿ ਹੋ ਸਕਦਾ ਇੱਥੇ ਉੱਤਰ ਪ੍ਰਦੇਸ਼ ਦੀ ਜਗ੍ਹਾ ਤੇ ਕੋਈ ਹੋਰ ਰਾਜ ਲਿਖਿਆ ਹੁੰਦਾ ਜੀ ਜਦੀ ਸੀਮਾ ਪੰਜਾਬ ਦੇ ਨਾਲ ਲੱਗਦੀ ਆ ਠੀਕ ਹੈ ਪਰ ਫਿਰ ਉਸ ਦੇ ਵਿੱਚ ਤੁਹਾਡਾ ਰਾਈਟ ਆਨਸਰ ਜੰਮੂ ਕਸ਼ਮੀਰ ਵੀ ਆ ਸਕਦਾ ਵਾ ਠੀਕ ਹੈ ਇਸ ਗੱਲ ਦੇ ਵਿੱਚ ਕਨਫਿਊਜ਼ ਨਾ ਹੋਣਾ ਕਿਉਂਕਿ ਜੰਮੂ ਕਸ਼ਮੀਰ ਹੁਣ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁੱਕਿਆ ਇੱਕ ਰਾਜ ਨਹੀਂ ਰਿਹਾ ਠੀਕ ਹੈ ਰਾਜ ਤੋਂ ਉੱਪਰ ਹੋ ਗਿਆ ਏ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਸੌਰੀ ਇਸ ਕੁਐਸਚਨ ਦਾ ਆਨਸਰ ਮੈਂ ਤੁਹਾਨੂੰ ਦੱਸਣਾ ਸੀ ਹਜੇ ਇਨ੍ਹਾਂ ਵਿੱਚੋਂ ਕਿਸ ਰਾਜ ਦੀ ਸੀਮਾ ਪੰਜਾਬ ਦੇ ਨਾਲ ਨਹੀਂ ਲੱਗਦੀ ਉੱਤਰ ਪ੍ਰਦੇਸ਼ ਦੀ ਸੀਮਾਵਾ ਜੋ ਪੰਜਾਬ ਦੇ ਨਾਲ ਨਹੀਂ ਲੱਗਦੀ ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਆ ਲਖਨਊ ਲਖਨਊ ਕਿਹੜੀ ਨਦੀ*}{ਸਤਾਰਿਆ ਸਥਿਤ ਤਾਂ ਗੌਂਤੀ ਨਦੀ ਦੇ Rajasthan ਦੀ ਕੈਪੀਟਲ ਕੀ ਆ Rajasthan ਦੀ ਕੈਪੀਟਲ ਆ Jaipur Jaipur ਨੂੰ Pink City ਦੇ ਨਾਮ ਨਾਲ ਜਾਣਿਆ ਜਾਂਦਾ ਹੈ Pink City of India Himachal Pradesh ਦੀ ਰਾਜਧਾਨੀ ਆ Shimla ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਕੇਰਲ ਦੇ ਲੋਕ ਕਿਹੜੀ ਭਾਸ਼ਾ ਬੋਲਦੇ ਹਨ ਹਾਂਜੀ ਕੇਰਲ ਦੇ ਲੋਕ ਮਲਿਆਲਮ ਭਾਸ਼ਾ ਬੋਲਦੇ ਆ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ हीराकुंड योजना ਕਿਸ ਰਾਜ ਦੀ ਹੈ ਹਾਂਜੀ ਹੀਰਾਕੁੰਡ ਯੋਜਨਾ ਉੜੀਸਾ ਰਾਜ ਦੀ ਹੈ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਜ਼ਿਆਦਾ ਪ੍ਰਤੀਸ਼ਤ ਧਰਤੀ ਦਾ ਭਾਗ ਜੰਗਲਾਂ ਦੀਨਾ ਹਾਂਜੀ ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਜ਼ਿਆਦਾ ਜੰਗਲ ਨੇ ਜਾਂ ਫਿਰ ਤੁਹਾਨੂੰ ਇਸ ਤਰ੍ਹਾਂ ਵੀ ਆ ਸਕਦਾ ਜ਼ਿਆਦਾ ਪ੍ਰਤੀਸ਼ਤ ਧਰਤੀ ਦਾ ਭਾਗ ਜੰਗਲਾਂ ਦੀਨਾ ਤ੍ਰਿਪੁਰਾ ਆਪਸ਼ਨ ਨੰਬਰ ਏ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਤ੍ਰਿਪੁਰਾ ਦੀ ਜੇ ਅਸੀਂ ਗੱਲ ਕਰੀਏ ਤਾਂ ਤ੍ਰਿਪੁਰਾ ਦੀ ਕੈਪੀਟਲ ਕੀ ਆ ਤਲਾ ਨੈਕਸਟ ਕੁਐਸ਼ਨ ਚੀਤਿਆਂ ਲਈ ਪ੍ਰਸਿੱਧ ਦੁੱਧਵਾ ਰਾਸ਼ਟਰੀ ਨੈਸ਼ਨਲ ਪਾਰਕ ਕਿਸ ਰਾਜ ਵਿੱਚ ਆ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਜਿਹੜੇ ਸਟੂਡੈਂਟ ਵੀਡੀਓ ਨੂੰ ਧਿਆਨ ਨਾਲ ਦੇਖ ਰਹੇ ਆ ਉਹਨਾਂ ਨੂੰ ਤਾਂ ਹੁਣ ਤੱਕ ਯਾਦ ਵੀ ਹੋ ਗਿਆ ਹੋਣਾ ਕਿ ਚੀਤਿਆਂ ਲਈ ਪ੍ਰਸਿੱਧ ਦੁੱਧਵਾ ਰਾਸ਼ਟਰੀ ਨੈਸ਼ਨਨਲ ਪਾਰਕ ਦੁੱਧਵਾ ਨੈਸ਼ਨਨਲ ਪਾਰਕ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਕਿੱਥੇ ਆ ਠੀਕ ਹੈ ਦੁੱਧਵਾ ਨੈਸ਼ਨਨਲ ਪਾਰਕ ਉੱਤਰ ਪ੍ਰਦੇਸ਼ ਦੇ ਵਿੱਚ ਆ ਹੁਣ ਇਸ ਕੁਐਸ਼ਨ ਦੇ ਵਿੱਚ ਤੁਹਾਨੂੰ ਨਵੀਂ ਚੀਜ਼ ਕੀ ਪਤਾ ਲੱਗੀ ਆ ਕਿ ਚੀਤਿਆਂ ਦੇ ਲਈ ਇਹ ਪ੍ਰਸਿੱਧ ਆ ਠੀਕ ਹੈ ਦੁੱਧਵਾ ਨੈਸ਼ਨਨਲ ਪਾਰਕ ਕਾਦੇ ਲਈ ਪ੍ਰਸਿੱਧ ਆ ਚੀਤਿਆਂ ਲਈ ਪ੍ਰ दुधवा नेशनल पार्क उत्तर प्रदेश ਦੇ ਵਿੱਚ ਆ। ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਆ? ਲਖਨਊ। ਨੈਕਸਟ ਕੁਐਸ਼ਨ। ਭਾਰਤ ਦਾ ਸਭ ਤੋਂ ਘੱਟ ਵਰਖਾ ਵਾਲਾ ਖੇਤਰ ਹੈ। ਹਾਂਜੀ ਭਾਰਤ ਦਾ ਸਭ ਤੋਂ ਘੱਟ ਵਰਖਾ ਵਾਲਾ ਖੇਤਰ ਆ Rajasthan। ਆਪਸ਼ਨ ਨੰਬਰ B ਇਸ ਕੁਐਸ਼ਨ ਦਾ ਰਾਈਟ ਆਂਸਰ ਹੈ। Jaipur। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸ਼ਨ ਕਰਦੇ ਹਾਂ ਜੀ ਅਸੀਂ। ਭਾਰਤ ਦਾ ਦੱਖਣੀ ਭਾਗ ਸਾਰਾ ਸਾਲ ਕਿਉਂ ਗਰਮ ਰਹਿੰਦਾ ਹੈ ਹਾਂਜੀ ਭਾਰਤ ਦਾ ਦੱਖਣੀ ਭਾਗ ਸਾਰਾ ਸਾਲ ਕਿਉਂ ਗਰਮ ਰਹਿੰਦਾ ਹੈ ਭੂਮਧ ਰੇਖਾ ਦੇ ਨੇੜੇ ਹੋਣ ਕਾਰਨ ਭੂਮਧ ਰੇਖਾ ਦੇ ਨੇੜੇ ਭਾਰਤ ਦਾ ਕਿਹੜਾ ਭਾਗ ਆ ਦੱਖਣੀ ਭਾਗ ਆ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਭੂਮਧ ਰੇਖਾ ਦੇ ਨੇੜੇ ਹੋਣ ਕਾਰਨ ਸਾਰਾ ਸਾਲ ਗਰਮ ਰਹਿੰਦਾ ਹੈ ਭਾਰਤ ਦਾ ਦੱਖਣੀ ਭਾਗ ਨੈਕਸਟ ਕੁਐਸਚਨ ਹੀਰਾਕੋਂਡ ਯੋਜਨਾ ਦਾ ਨਿਰਮਾਣ ਕਿਸ ਨਦੀ ਉੱਪਰ ਹੋਇਆ ਸੀ ਹਾਂਜੀ ਹੀਰਾਕੁੰਡ ਯੋਜਨਾ ਦਾ ਨਿਰਮਾਣ ਮਾਹਾਂ ਨਦੀ ਦੇ ਉੱਪਰ ਹੋਇਆ ਸੀ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਵਰਜਨ ਭਾਰਤ ਵਿੱਚ ਪਹਿਲੀ ਰੇਲ ਕਦੋਂ ਚਲਾਈ ਗਈ ਹਾਂਜੀ ਭਾਰਤ ਦੇ ਵਿੱਚ ਪਹਿਲੀ ਰੇਲ ਮੁੰਬਈ ਤੋਂ ਠਾਣੇ ਤੱਕ ਚੱਲੀ ਸੀ ਜਿਹੜੀ ਕਿ 16 ਅਪ੍ਰੈਲ 18753 1853 ਦੇ ਵਿੱਚ ਚਲਾਈ ਗਈ ਸੀ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਅਸੀਂ ਕਰਦੇ ਹਾਂ ਜੀ ਖੰਡ ਦੇ ਸਭ ਤੋਂ ਵੱਧ ਕਾਰਖਾਨੇ ਕਿਸ ਰਾਜ ਵਿੱਚ ਹਨ ਹਾਂਜੀ ਖੰਡ ਦੇ ਸਭ ਤੋਂ ਵੱਧ ਕਾਰਖਾਨੇ ਕਿਹੜੇ ਰਾਜ ਦੇ ਵਿੱਚ ਆ ਉੱਤਰ ਪ੍ਰਦੇਸ਼ ਦੇ ਰਾਜ ਦੇ ਵਿੱਚ ਆ ਉੱਤਰ ਪ੍ਰਦੇਸ਼ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਹੈ ਲਖਨਊ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤ ਹੈ ਗੌਂਤੀ ਨਦੀ ਦੇ ਇਹ ਤੁਸੀਂ ਯਾਦ ਰੱਖਣੇ ਆ ਠੀਕ ਹੈ ਇੰਪੋਰਟੈਂਟ ਕੁਐਸਚਨ ਆ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾਨ ਨੈਸ਼ਨਲ ਪਾਰਕ ਆ ਕਤਰਨਿਆ ਘਾਟ ਵਾਈਲਡ ਲਾਈਫ ਸੈਂਚੂਰੀ ਆ ਪੀਲੀਵਿੱਤ ਟਾਈਗਰ ਰਿਜ਼ਰਵ ਆ ਨੈਕਸਟ ਕੁਐਸਚਨ ਪੰਛੀਆਂ ਦੀ ਪ੍ਰਸਿੱਧ ਰੱਖ ਨਾਲ ਸਰੋਵਰ ਕਿਸ ਰਾਜ ਵਿੱਚ ਸਥਿਤ ਹੈ ਹਾਂਜੀ ਪੰਛੀਆਂ ਆ ਪੰਛੀਆਂ ਦੀ ਪ੍ਰਸਿੱਧ ਰੱਖ ਨਾਲ ਜਿਹੜਾ ਸਰੋਵਰ ਆ ਉਹ ਕਿਹੜੇ ਰਾਜ ਦੇ ਵਿੱਚ ਸਥਿਤ ਹੈ ਗੁਜਰਾਤ ਦੇ ਵਿੱਚ ਸਥਿਤਾ ਗੁਜਰਾਤ ਦੀ ਹੁਣ ਅਸੀਂ ਗੱਲ ਕਰ ਰਹੇ ਹਾਂ ਤਾਂ ਗੁਜਰਾਤ ਦੀ ਕੈਪੀਟਲ ਕੀ ਹੈ ਗਾਂਧੀ ਨਗਰ ਗੁਜਰਾਤ ਦੀ ਕੈਪੀਟਲ ਗਾਂਧੀ ਨਗਰ ਆ ਤੇ ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰਕ ਆ ਇਹ ਐਸਿਅਟਿਕ ਕੋਇਨਸ ਦੇ ਲਈ ਫੇਮਸ ਆ ਗੁਜਰਾਤ ਦੇ ਵਿੱਚ ਸਰਦਾਰ ਸਰੋਵਰ ਡੈਮ ਆ ਨਾਲ ਸਰੋਵਰ ਲੈਕਾ ਥੋਲ ਲੈਕਾ ਖਿਜ਼ਾੜੀਆ ਲੈਕਾ ਕੰਕਰੀਆ ਲੈਕਾ ਇਹਨਾਂ ਤੁਸੀਂ ਯਾਦ ਰੱਖਣਾ ਗੁਜਰਾਤ ਦੇ ਬਾਰੇ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਗੰਗਾ ਤੇ ਯਮੁਨਾ ਦਾ ਸੁਮੇਲ ਕਿਸ ਜਗ੍ਹਾ ਤੇ ਹੁੰਦਾ ਹੈ ਹਾਂਜੀ ਗੰਗਾ ਤੇ ਯਮੁਨਾ ਦਾ ਸੁਮੇਲ ਦਾ ਸੰਗਮ ਲਾਹੌਰਬਾਦ ਜਗਾ ਤੇ ਹੁੰਦਾ ਹੈ অপਸ਼ਨ ਨੰਬਰ B ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ ਕੁਐਸ਼ਨ ਕਰਦੇ ਹਾਂ ਜੀ ਅਸੀਂ ਭਾਰਤ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਕਿਸ ਰਾਜ ਵਿੱਚ ਹਨ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਹਾਂਜੀ ਭਾਰਤ ਦੇ ਵਿੱਚ ਸੂਤੀ ਕੱਪੜੇ ਦੇ ਕਾਰਖਾਨੇ ਮਹਾਰਾਸ਼ਟਰ ਰਾਜ ਦੇ ਵਿੱਚ ਆ অপਸ਼ਨ ਨੰਬਰ A ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਹੁਣ ਮਹਾਰਾਸ਼ਟਰ ਵਿੱਚ ਆ ਤਾਂ ਮਹਾਰਾਸ਼ਟਰ ਦੀ ਕੈਪੀਟਲ ਕੀ ਆ ਮੂਵਈ ਮੂਵਈ ਮਹਾਰਾਸ਼ਟਰ ਦੀ ਕੈਪੀਟਲ ਆ ਠੀਕ ਹੈ ਮਹਾਰਾਸ਼ਟਰ ਦੇ ਵਿੱਚ ਸੰਜੇ ਗਾਂਧੀ ਨੈਸ਼ਨਲ ਪਾਰਕ ਆ ਗੁੱਗੂਮਲ ਨੈਸ਼ਨਲ ਪਾਰਕ ਆ गांव नेशनल पार्क का महाराष्ट्र ਦੇ ਵਿੱਚ ਨੋਨਾਰ ਝੀਲ ਆ ਉਜਾਨੀ ਡੈਮ ਆ ਜੈਕਵਾੜੀ ਡੈਮ ਆ ਤੇ ਕੋਇਨਾ ਡੈਮ ਆ ਇਹਨਾਂ ਤੁਸੀਂ ਯਾਦ ਰੱਖਣਾ ਮਹਾਰਾਸ਼ਟਰ ਦੇ ਬਾਰੇ ਨੈਕਸਟ ਕੁਐਸਚਨ ਸੰਸਾਰ ਦੇ ਕੁੱਲ ਉਤਪਾਦਨ ਦਾ ਕਿੰਨੇ ਪ੍ਰਤੀਸ਼ਤ ਅਬਰਕ ਭਾਰਤ ਸੌਰੀ ਤੇ ਅਦਰਕ ਕਾਣਾ ਭਾਰਤ ਉਤਪੰਨ ਕਰਦਾ ਹੈ ਠੀਕ ਹੈ ਅਦਰਕ ਸੰਸਾਰ ਦੇ ਕੁੱਲ ਹਾਂਜੀ ਸੰਸਾਰ ਦੇ ਕੌਲ ਨੂੰ ਤੋਂ ਪਾ ਦਿੰਦਾ ਕਿੰਨੇ ਪ੍ਰਤੀਸ਼ਤ ਅਦਰਕ ਆ ਜੋ ਉਹ ਭਾਰਤ ਪੈਦਾ ਕਰਦਾ ਹੈ 75% ਅਦਰਕ ਉਹ ਭਾਰਤ ਪੈਦਾ ਕਰਦਾ ਹੈ ਨੈਕਸਟ ਕੁਐਸਚਨ ਭਾਰਤ ਵਿੱਚ ਸਭ ਤੋਂ ਪਹਿਲਾਂ ਸਥਾਪਿਤ ਕੀਤਾ ਜਾਣ ਵਾਲਾ ਜੀਵ ਰਾਖਵਾ ਖੇਤਰ ਕਿਹੜਾ ਹੈ ਹਾਂਜੀ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਸਥਾਪਿਤ ਕੀਤਾ ਜਾਣ ਵਾਲਾ ਜੀਵ ਰਾਖਵਾ ਖੇਤਰ ਆ ਨੀਲਗਿਰੀ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਅਯੋਧਿਆ ਮੰਦਰ ਕਿਸ ਨਦੀ ਤੇ ਕੰਢੇ ਤੇ ਸਥਿਤ ਹੈ ਹਾਂਜੀ ਅਯੋਧਿਆ ਮੰਦਰ ਸਰਯੂ ਨਦੀ ਦੇ ਕੰਡੇ ਤੇ ਸਥਿਤ ਆ অপਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਏਸ਼ੀਆ ਵਿੱਚ ਰੇਲ ਮਾਰਗ ਦੀ ਸਭ ਤੋਂ ਵੱਧ ਲੰਬਾਈ ਕਿਸ ਖੇਤਰ ਦੀ ਆ ਏਸ਼ੀਆ ਦੇ ਵਿੱਚ ਭਾਰਤ ਸਾਡਾ ਕਿਹੜੇ ਕਿਹਦੇ ਵਿੱਚ ਪੈਂਦਾ ਵਾ ਭਾਰਤ ਸਾਡਾ ਕਿਹੜੇ ਮਹਾਦੀਪ ਦੇ ਵਿੱਚ ਪੈਂਦਾ ਏਸ਼ੀਆ ਦੇ ਵਿੱਚ ਪੈਂਦਾ ਵਾ ਤੇ ਏਸ਼ੀਆ ਦੇ ਵਿੱਚ ਰੇਲ ਮਾਰਗ ਦੀ ਸਭ ਤੋਂ ਵੱਧ ਲੰਬਾਈ ਕਿਹੜੀ ਕਿਸ ਦੇਸ਼ ਦੀ ਆ ਭਾਰਤ ਦੀ ਹੋਈ ਆ অপਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਰੇਲ ਮਾਰਗ ਠੀਕ ਹੈ ਇਸ ਗੱਲ ਦਾ ਧਿਆਨ ਦੇਣਾ ਨੈਕਸਟ ਕੁਐਸਚਨ ਭਾਰਤ ਦੇ ਕਿਹੜੇ ਰਾਜ ਵਿੱਚ ਊਨੀ ਕੱਪੜੇ ਬਣਾਉਣ ਦੇ ਵਧ ਸਭ ਤੋਂ ਵੱਧ ਕਾਰਖਾਨੇ ਆ ਦੇਖੋ ਅਸੀਂ ਸੂਤੀ ਦੀ ਗੱਲ ਕੀਤੀ ਸੀ ਪਹਿਲਾਂ ਭਾਰਤ ਵਿੱਚ ਸਭ ਤੋਂ ਸੂਤੀ ਕੱਪੜੇ ਬਣਾਉਣ ਦੇ ਵੱਧ ਕਾਰਖਾਨੇ ਮਹਾਰਾਸ਼ਟਰ ਦੇ ਵਿੱਚ ਆ ਹੁਣ ਅਸੀਂ ਔਨ ਦੀ ਗੱਲ ਕਰ ਰਹੇ ਹਾਂ ਭਾਰਤ ਦੇ ਕਿਹੜੇ ਰਾਜ ਵਿੱਚ ਔਨ ਕੱਪੜੇ ਬਣਾਉਣ ਦਾ ਸਭ ਤੋਂ ਵੱਧ ਕਾਰਖਾਨੇ ਆ ਔਨ ਦੇ ਤਾਂ ਪੰਜਾਬ ਦੇ ਵਿੱਚ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਪੰਜਾਬ ਪੰਜਾਬ ਦੀ ਕੈਪੀਟਲ ਕੀ ਆ ਚੰਡੀਗੜ੍ਹ ਪੰਜਾਬ ਦੇ ਵਿੱਚ ਹੁਣ 23 ਜ਼ਿਲ੍ਹੇ ਆ ਠੀਕ ਹੈ 23ਵਾਂ ਜ਼ਿਲ੍ਹਾ ਮਲੇਰਕੋਟਲਾ ਬਣਿਆ ਸੀ ਪੰਜਾਬ ਦਾ 14 ਮਈ 2021 ਨੂੰ Eid ਵਾਲੇ ਦਿਨ ਬਣਾਇਆ ਗਿਆ ਸੀ ਸੰਗਰੂਰ ਜ਼ਿਲ੍ਹੇ ਤੋਂ ਵੱਖ ਕਰਕੇ ਇੱਕ ਨਵਾਂ ਜ਼ਿਲ੍ਹਾ 23ਵਾਂ ਜ਼ਿਲ੍ਹਾ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਇੰਪੋਰਟੈਂਟ ਆ ਪੰਜਾਬ ਦੇ ਨਾਲ ਰਿਲੇਟਡ ਨੈਕਸਟ ਕੁਐਸਚਨ ਪਿਲਾਈ ਸੌਰੀ ਪਿੱਲਾ ਆਇਰ ਇਸ ਪਾਤ ਕਾਰਖਾਨਾ ਕਿਸ ਦੇਸ਼ ਦੀ ਸਹਾਇਤਾ ਨਾਲ ਲਗਾਇਆ ਗਿਆ ਹਾਂਜੀ ਪਿੱਲਾ ਆਇ ਇਸ ਪਾਤ ਕਾਰਖਾਨਾ ਜਿਹੜਾ ਇਹ ਰੂਸ ਦੇਸ਼ ਦੀ ਸਹਾਇਤਾ ਨਾਲ ਲਗਾਇਆ ਗਿਆ ਸੀ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਭਾਰਤ ਤੇ ਪਾਕਿਸਤਾਨ ਵਿੱਚ ਸੀਮਾ ਰੇਖਾ ਨੂੰ ਕੀ ਕਹਿੰਦੇ ਹਨ ਹਾਂਜੀ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਸੀਮਾ ਵਾ ਜਾਂ ਇਹ ਕਹਿ ਸਕਦੇ ਆ ਕਿ ਭਾਰਤ ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਰੇਖਾ ਨੂੰ ਕੀ ਕਹਿੰਦੇ ਆ ਰੈੱਡ ਕਲਿਫ ਰੇਖਾ ਕਹਿੰਦੇ ਆ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਰੈੱਡ ਕਲਿਫ ਰੇਲਾਈਨ ਆ ਜਿਹੜੀ ਤੁਹਾਨੂੰ ਇੱਥੇ ਦਿਖ ਰਹੀ ਆ ਇਹ ਭਾਰਤ ਤੇ ਪਾਕਿਸਤਾਨ ਨੂੰ ਡਿਵਾਈਡ ਕਰਦੀ ਆ ਜੇ ਅਸੀਂ ਗੱਲ ਕਰੀਏ ਡੁਰੰਡ ਲਾਈਨ ਡੁਰੰਡ ਲਾਈਨ ਤੁਹਾਨੂੰ ਦਿਖ ਰਹੀ ਆ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਦੀ ਆ ਇੱਕ ਤੁਹਾਨੂੰ ਇੱਥੇ ਦਿਖ ਰਹੀ ਆ ਮੈਕਮੋਹਨ ਲਾਈਨ ਮੈਕਮੋਹਨ ਲਾਈਨ ਹੈ ਜਿਹੜੀ ਇੰਡੀਆ ਤੇ ਚਾਈਨਾ ਨੂੰ ਡਿਵਾਈਡ ਕਰਦੀ ਆ ਨੈਕਸਟ ਕੁਐਸਚਨ ਅਸੀਂ ਕਰਦੇ ਆ ਜੀ ਰੇਲ ਕੋਚ ਕਿੱਥੇ ਬਣਾਏ ਜਾਂਦੇ ਹਨ ਹਾਂਜੀ ਰੇਲ ਕੋਚ ਰੇਲ ਕੋਚ ਕਿੱਥੇ ਬਣਾਏ ਜਾਂਦੇ ਆ ਕਪੂਰਥਲਾ ਅਤੇ ਪੈਰੰਬੂਰ ਦੇ ਵਿੱਚ ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਰੇਲ ਕੋਚ ਤੁਹਾਨੂੰ ਇਹ ਕੁਐਸ਼ਨ ਇਹ ਵੀ ਆ ਸਕਦਾ ਕਿ ਪੰਜਾਬ ਦੇ ਵਿੱਚ ਰੇਲ ਕੋਚ ਦੀ ਫੈਕਟਰੀ ਕਿੱਥੇ ਸਥਿਤ ਤਾਂ ਕਪੂਰਥਲਾ ਦੇ ਵਿੱਚ ਸਥਿਤ ਤਾਂ ਠੀਕ ਹੈ ਜੀ ਕਪੂਰਥਲਾ ਅਤੇ ਪੈਰੰਬੂਰ ਦੇ ਵਿੱਚ ਰੇਲ ਕੋਚ ਬਣਾਏ ਜਾਂਦੇ ਆ ਨੈਕਸਟ ਕੁਐਸ਼ਨ ਕਰਦੇ ਆ ਜੀ ਅਸੀਂ ਭਾਰਤ ਵਿੱਚ ਤੇਲ ਦੀ ਖੋਜ ਦਾ ਕੰਮ ਕੌਣ ਕਰਦਾ ਹੈ ਹਾਂਜੀ ਭਾਰਤ ਦੇ ਵਿੱਚ ਤੇਲ ਦੀ ਖੋਜ ਦਾ ਕੰਮ ਤੇਲ ਅਤੇ ਕੁਦਰਤੀ ਗੈਸ ਕਮਿਸ਼ਨ ਕਰਦਾ ਹੈ ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ ਕੁਐਸ਼ਨ ਦ ਮੋਦਰ ਘਾਟੀ ਯੋਜਨਾ ਕਿੰਨਾ ਰਾਜਾਂ ਦੀ ਸਾਂਝੀ ਯੋਜਨਾ ਹੈ ਹਾਂਜੀ ਦ ਮੋਦਰ ਘਾਟੀ ਯੋਜਨਾ ਪੱਛਮੀ ਬੰਗਾਲ ਅਤੇ ਵਿਹਾਰ ਦੀ ਸਾਂਝੀ ਯੋਜਨਾ ਹੈ ਆਪਸ਼ਨ ਨੰਬਰ ਏ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਹੈ ਜੀ ਕੰਨਿਆ ਕੁਮਾਰੀ ਕਿਸ ਰਾਜ ਵਿੱਚ ਸਥਿਤ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਕੰਨਿਆ ਕੁਮਾਰੀ ਕੰਨਿਆ ਕੁਮਾਰੀ ਤਾਮਿਲਨਾਡੂ ਦੇ ਵਿੱਚ ਸਥਿਤ ਹੈ ਆਪਸ਼ਨ ਨੰਬਰ ਏ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਕੈਪੀਟਲ ਕੀ ਹੈ ਚੇਨਈ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਮੈਂ ਤੁਹਾਨੂੰ ਬਾਰ ਬਾਰ ਦੱਸ ਚੁੱਕੀ ਹਾਂ ਤਾਮਿਲਨਾਡੂ ਦੀ ਕੈਪੀਟਲ ਹੈ ਚੇਨਈ ਤਾਮਿਲਨਾਡੂ ਦੇ ਵਿੱਚ ਉਲਟੀ ਝੀਲ ਆ ਬੈਰੀਜ਼ਾਮ ਝੀਲ ਆ ਕੋਡਾਈ ਕਨਾਲ ਝੀਲ ਆ ਚੈਂਬਰ ਮਵਕਮ ਝੀਲ ਆ ਠੀਕ ਹੈ ਸੱਤੇ ਮੰਗਲਮ ਟਾਈਗਰ ਰਿਜ਼ਰਵ ਵੈਰੀ ਇੰਪੋਰਟੈਂਟ ਆ ਇਸ ਨੂੰ TX2 ਸਰਟੀ ਪੁਰਸਕਾਰ ਮਿਲਿਆ TX2 ਮੇ ਇਥੇ ਲਿਖ ਦੇਣੀ ਆ TX2 ਪੁਰਸਕਾਰ ਮਿਲਿਆ ਕਿਸ ਨੂੰ ਮਿਲਿਆ ਸੱਤੇ ਮੰਗਲਮ ਟਾਈਗਰ ਰਿਜ਼ਰਵ ਨੂੰ ਕਿਉਂਕਿ ਇੱਥੇ ਬਾਗਾਂ ਦੀ ਜਿਹੜੀ ਆਬਾਦੀ ਆ ਦੁੱਗਣੀ ਹੋ ਗਈ ਆ ਨੈਕਸਟ ਕੁਐਸਚਨ ਪਾਖੜਾ ਵੰਨ ਪਿੱਛੋਂ ਬਣਾਈ ਗਈ ਝੀਲ ਕਿਹੜੀ ਹੈ ਹਾਂਜੀ ਪਾਖੜਾ ਵੰਨ ਪਿੱਛੇ ਬਣਾਈ ਗਈ ਝੀਲ ਕਿਹੜੀ ਆ ਗੋਬਿੰਦ ਸਾਗਰ অপশন নাম্বার বি ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਅਸਮ ਦੀ ਪਹਿਲੀ ਰਾਜਧਾਨੀ ਹੁਣ ਕਿਸ ਰਾਜ ਦੀ ਰਾਜਧਾਨੀ ਹੈ ਹਾਂਜੀ ਅਸਮ ਦੀ ਪਹਿਲੀ ਰਾਜਧਾਨੀ ਸੀ ਅਸਮ ਦੀ ਪਹਿਲੀ ਰਾਜਧਾਨੀ ਕਿਹੜੀ ਸੀ ਹਾਂਜੀ ਅਸਮ ਦੀ ਪਹਿਲੀ ਰਾਜਧਾਨੀ ਕਿਹੜੀ ਸੀ ਤੁਸੀਂ ਕਮੈਂਟ ਵਿੱਚ ਲਿਖੋਗੇ ਤੇ ਅਸਮ ਦੀ ਪਹਿਲੀ ਰਾਜਧਾਨੀ ਕਿਹੜੀ ਸੀ ਇਹਦਾ ਆਨਸਰ ਤੁਹਾਨੂੰ ਹੁਣ ਮੇਰੇ ਜੋ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਦੱਸਾਂਗੀ ਉਹਦੇ ਵਿੱਚੋਂ ਹੀ ਮਿਲ ਜਾਵੇਗਾ ਪਰ ਅਸਮ ਦੀ ਜਿਹੜੀ ਪਹਿਲੀ ਰਾਜਧਾਨੀ ਸੀ ਉਹ ਹੁਣ ਕਿਹੜੇ ਰਾਜ ਦੀ ਰਾਜਧਾਨੀ ਆ ਦੀ অপਸ਼ਨ ਨੰਬਰ ਡੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਮਗਾ ਲਿਆ ਦੀ ਆ ਤਾਂ ਮਗਾ ਲਿਆ ਦੀ ਕੈਪੀਟਲ ਹੁਣ ਕੀ ਆ ਸਿਲੋਂਗ ਆ ਇਹ ਤੁਸੀਂ ਯਾਦ ਰੱਖਿਓ ਰਾਜਧਾਨੀ ਸੀ ਤੇ ਐਟ ਪ੍ਰੈਜ਼ੈਂਟ ਅਸਮ ਦੀ ਰਾਜਧਾਨੀ ਆ ਦੇਸ਼ਪੁਰ ਨੈਕਸਟ ਕੁਐਸ਼ਨ ਅਸਮ ਦੀ ਰਾਜਧਾਨੀ ਹੈ ਹਾਂਜੀ ਅਸਮ ਦੀ ਰਾਜਧਾਨੀ ਆ ਦੇਸ਼ਪੁਰ অপਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ ਕੁਐਸ਼ਨ ਏਸ਼ੀਆ ਵਿੱਚ ਭਾਰਤ ਕਿੱਥੇ ਸਥਿਤ ਹੈ ਹਾਂਜੀ ਏਸ਼ੀਆ ਦੇ ਵਿੱਚ ਜੇ ਹੁਣ ਅਸੀਂ ਕਿਹਾ ਵਾ ਉੱਪਰ ਕੁਐਸ਼ਨ ਕੀਤਾ ਸੀ ਕਿ ਭਾਰਤ ਕਿੱਥੇ ਸਥਿਤ ਆ ਏਸ਼ੀਆ ਦੇ ਵਿੱਚ ਸਥਿਤ ਆ ਤੇ ਏਸ਼ੀਆ ਦੇ ਵਿੱਚ ਹੁਣ ਕਿੱਥੇ ਸਥਿਤ ਆ ਏਸ਼ੀਆ ਮਹਾਦੀਪ ਦੇ ਦੱਖਣ ਪੂਰਬ ਵਿੱਚ ਹਿੰਦ ਮਹਾਸਾਗਰ ਦੇ ਉੱਤਰੀ ਸਿਰੇ ਦੇ ਉੱਪਰ ਕਿੱਥੇ ਸਥਿਤ ਹੈ ਏਸ਼ੀਆ ਮਹਾਦੀਪ ਦੇ ਦੱਖਣ ਉੱਤਪੂਰਬ ਉਪੈਚ ਹਿੰਦ ਮਹਾਸਾਗਰ ਦੇ ਉੱਤਰੀ ਸਿਰੇ ਦੇ ਉੱਪਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਹਾਂਜੀ ਇਸ ਕੁਐਸਚਨ ਦਾ ਇੱਥੇ ਆਪਸ਼ਨ ਬੀ ਆਪਸ਼ਨ ਏ ਰਾਈਟ ਆ ਠੀਕ ਹੈ ਏਸ਼ੀਆ ਮਹਾਦੀਪ ਦੇ ਦੱਖਣ ਪੂਰਬ ਵਿੱਚ ਹਿੰਦ ਮਹਾਸਾਗਰ ਦੇ ਸਿਰੇ ਉੱਪਰ ਨੈਕਸਟ ਕੁਐਸਚਨ ਨਥੂਲਾ ਦਰਾ ਭਾਰਤ ਦੇ ਕਿਸ ਰਾਜ ਵਿੱਚ ਹੈ ਨਥੂਲਾ ਦਰਾ ਭਾਰਤ ਦੇ ਸਿੱਕਮ ਰਾਜ ਦੇ ਵਿੱਚ ਆਪਸ਼ਨ ਨੰਬਰ ਏ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਸਿੱਕਮ ਦੇ ਸਿੱਕਮ ਦੇ ਵਿੱਚ ਸਥਿਤਾ ਨਥੂਲਾ ਦਰਾ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਤੂੰ ਪਧਰਾ ਯੋਜਨਾ ਕਿੰਨਾ ਰਾਜਾਂ ਦੀ ਸਾਂਝੀ ਯੋਜਨਾ ਹੈ ਹਾਂਜੀ ਤੂੰ ਪਧਰਾ ਯੋਜਨਾ ਮੈਂ ਜਿਹੜੀ ਇਹ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਪ੍ਰਦੇਸ਼ ਦੀ ਸਾਂਝੀ ਯੋਜਨਾ ਹੈ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਹੁਣ ਦੇਖੋ ਕਰਨਾਟਕ ਦੇ ਨਾਲ ਰਿਲੇਟਡ ਦਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਸੀ ਸਾਡੇ ਕੋਲ ਆਂਧਰਾ ਪ੍ਰਦੇਸ਼ ਨਾਮ ਆਇਆ ਆਂਧਰਾ ਪ੍ਰਦੇਸ਼ ਦੀ ਜਿਹੜੀਆਂ ਕੈਪੀਟਲ ਹਨ ਉਹ ਤਿੰਨ ਬਣਾ ਦਿੱਤੀਆਂ ਗਈਆਂ ਸੀ ਇਹ ਪ੍ਰਸਤਾਵ ਸੀ ਪਹਿਲਾਂ ਹੁਣ ਉਹ ਜਿਹੜਾ ਪ੍ਰਸਤਾਵ ਉਚਕ ਦਿੱਤਾ ਗਿਆ ਵਾ ਹੁਣ ਆਂਧਰਾ ਪ੍ਰਦੇਸ਼ ਦੀ ਸਿਰਫ ਇੱਕੋ ਇੱਕ ਕੈਪੀਟਲ ਆ ਅਮਰਾਬਤੀ ਠੀਕ ਹੈ ਤੇ ਆਂਧਰਾ ਪ੍ਰਦੇਸ਼ ਫਲਾਂ ਦੇ ਉਤਪਾਦਨ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਨੰਬਰ 1 ਤੇ ਆ ਭਾਸ਼ਾ ਦੇ ਆਧਾਰ ਤੇ ਗਠਿਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਵੀ ਆ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੇ ਵਿੱਚ ਕੋਲੇਰੂ ਲੈਕਾ ਪੋਲਿਕਟ ਲੈਕਾ ਪਾਪੀਗੁੰਡਾ ਨੈਸ਼ਨਲ ਪਾਰਕਾ ਸ੍ਰੀ ਬਕਟੇਸ਼ਵਰ ਨੈਸ਼ਨਲ ਪਾਰਕਾ ਸਵਲਸ਼ਨ ਅਸੀਂ ਕਰਦੇ ਆਂ ਭਾਰਤ ਦੇ ਤਿੰਨ ਸਥਾਨਾਂ ਦੇ ਨਾਮ ਦੱਸੋ ਜਿੱਥੇ ਪੈਟਰੋਲ ਮਿਲਦਾ ਹੈ ਹਾਂਜੀ ਭਾਰਤ ਦੇ ਇਦਾਂ ਕਿਹੜੇ ਤਿੰਨ ਸਥਾਨ ਆ ਜਿੱਥੇ ਪੈਟਰੋਲ ਮਿਲਦਾ ਹੈ ਮਾਜ਼ਗਾਓ ਜਮਸ਼ੇਦਪੁਰ ਅਤੇ ਬੁਕਾਰੋ অপশন নাম্বার বি ਇਸ কোশ্চেন ਦਾ রাইਟ ਆਨਸਰ ਹੈ ਨੈਕਸਟ ਕੁਐਸ਼ਨ ਲਿਗਨਾਈਟ ਕਿਸਮ ਦਾ ਕੋਲਾ ਭਾਰਤ ਦੇ ਕਿਸ ਸਥਾਨ ਤੋਂ ਕੱਢਿਆ ਜਾਂਦਾ ਹੈ ਹਾਂਜੀ ਲਿਗਨਾਈਟ ਕਿਸਮ ਦਾ ਕੋਲਾ ਭਾਰਤ ਦੇ ਨਵੇਲੀ ਸਥਾਨ ਤੋਂ ਕੱਢਿਆ ਜਾਂਦਾ ਹੈ অপশন নাম্বার ਸੀ ਇਸ ਕੁਐਸ਼ਨ ਦਾ রাইਟ ਆਨਸਰ ਹੈ ਨੈਕਸਟ ਕੁਐਸ਼ਨ ਅਦਰਕ ਦੇ ਉਤਪਾਦਨ ਵਿੱਚ ਭਾਰਤ ਦਾ ਕਿੰਨਾ ਸਥਾਨ ਹੈ ਹਾਂਜੀ ਅਦਰਕ ਹੋਂਨਾ ਸੀ ਇੱਥੇ ਵੀ ਅਦਰਕ ਦੇ ਉਤਪਾਦਨ ਦੇ ਵਿੱਚ ਭਾਰਤ ਦਾ ਪਹਿਲਾ ਸਥਾਨ ਆ ਇਹ ਤੁਸੀਂ ਯਾਦ ਰੱਖਣਾ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਚੌਲਾਂ ਦੇ ਉਤਪਾਦਨ ਵਿੱਚ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ ਹਾਂਜੀ ਚੌਲਾਂ ਦੇ ਉਤਪਾਦਨ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈ ਪੱਛਮੀ ਬੰਗਾਲ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਪੱਛਮੀ ਬੰਗਾਲ ਪੱਛਮੀ ਬੰਗਾਲ ਦੀ ਕੈਪੀਟਲ ਕੀ ਹੈ ਕੋਲਕਾਤਾ ਕੋਲਕਾਤਾ ਹੁਬਲੀ ਨਦੀ ਦੇ ਕਿਨਾਰੇ ਸਥਿਤ ਤਾਂ ਠੀਕ ਹੈ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਭਾਰਤ ਵਿੱਚ ਮੂੰਗਫਲੀ ਦਾ ਉਤਪਾਦਨ ਸਭ ਤੋਂ ਵੱਧ ਕਿਹੜੇ ਰਾਜ ਵਿੱਚ ਹੁੰਦਾ ਹੈ ਹਾਂ ਜੀ ਭਾਰਤ ਵਿੱਚ ਮੂੰਗਫਲੀ ਦੇ ਉਤਪਾਦਨ ਦੇ ਵਿੱਚ ਅਤੇ ਕੇਸਰ ਦੇ ਉਤਪਾਦਨ ਸੌਰੀ ਮੈਂ ਕੇਸਰ ਬੋਲ ਦਿੱਤਾ ਸੂਤੀ ਕੱਪੜੇ ਦੇ ਉਤਪਾਦਨ ਦੇ ਵਿੱਚ ਕਿਹੜਾ ਰਾਜ ਮੋਰੀਆ ਮਹਾਰਾਸ਼ਟਰ অপশন নাম্বার এ ইস কোশ্চেন ਦਾ রাইট ਆਨਸਰ ਹੈ মহারাষ্ট্র ਦੀ ਕੈਪੀਟਲ ਮੂਵ ਗਈਆ ਨੈਕਸਟ ਕੁਐਸਚਨ ਦਾਲਾਂ ਦੇ ਉਤਪਾਦਨ ਵਿੱਚ ਭਾਰਤ ਦਾ ਕਿੰਨਾਵਾਂ ਸਥਾਨ ਹੈ ਦਾਲਾਂ ਦੇ ਉਤਪਾਦਨ ਦੇ ਵਿੱਚ ਅਤੇ ਅਦਰਕ ਦੇ ਉਤਪਾਦਨ ਦੇ ਵਿੱਚ ਭਾਰਤ ਦਾ ਪਹਿਲਾ ਸਥਾਨ ਆ অপশন ਨੰਬਰ এ ਇਸ ਕੁਐਸਚਨ ਦਾ রাইਟ ਆਨਸਰ ਹੈ ਨੈਕਸਟ ਕੁਐਸਚਨ ਕਗਰ ਦਰਿਆ ਕਿੱਥੋਂ ਆਰੰਭ ਹੁੰਦਾ ਹੈ ਹਾਂਜੀ ਕਗਰ ਦਰਿਆ ਦੀ ਜੇ ਅਸੀਂ ਗੱਲ ਕਰੀਏ ਤਾ ਇਹ ਮੂਰਨੀ ਦੀਆਂ ਪਹਾੜਾਂ ਪਹਾੜੀਆਂ ਤੋਂ ਆਰੰਭ ਹੁੰਦਾ ਹੈ অপਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ ਕੁਐਸ਼ਨ ਇਹਨਾਂ ਵਿੱਚੋਂ ਸਭ ਤੋਂ ਪੁਰਾਣੀ ਪਾਰਵਤੀ ਕਿ ਲੜੀ ਹੈ ਹਾਂਜੀ ਇਹਨਾਂ ਵਿੱਚੋਂ ਸਭ ਤੋਂ ਪੁਰਾਣੀ ਪਾਰਵਤੀ ਲੜੀ ਕਿਹੜੀ ਆ ਅਰਾਵਲੀ অপਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ ਕੁਐਸ਼ਨ ਰਾਜਸਥਾਨ ਦੀ ਪਰਤਪੁਰ ਦੀ ਰੱਖ ਕਿਸ ਚੀਜ਼ ਲਈ ਪ੍ਰਸਿੱਧ ਹੈ ਹਾਂਜੀ ਰਾਜਸਥਾਨ ਦੀ ਪਰਤਪੁਰ ਦੀ ਰੱਖ ਪੰਛੀਆਂ ਦੇ ਲਈ ਪ੍ਰਸਿੱਧ ਹੈ অপশন নাম্বার বি ਇਸ ਕੁਐਸਚਨ ਦਾ ਰਾਈਟ ਆਨਸਰ ਹੈ ਹਾਂਜੀ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆ ਰਹੇ ਨੇ ਕਿ ਵੀਡੀਓ ਨੂੰ ਜ਼ਿਆਦਾ ਲੈਂਥੀ ਨਾ ਬਣਾਇਆ ਜਾਵੇ ਕਿਸੇ ਨੂੰ ਨੈਟ ਦੀ ਪ੍ਰੋਬਲਮ ਆ ਕਿਸੇ ਨੂੰ ਟਾਈਮ ਦੀ ਪ੍ਰੋਬਲਮ ਆ ਤੇ ਇਸ ਕਰਕੇ ਅਸੀਂ ਵੀਡੀਓ ਦੇ ਹੁਣ ਫਿਰ ਪੰਜ ਪਾਰਟ ਬਣਾਵਾਂਗੇ ਜਿਸ ਦੇ ਵਿੱਚ ਅਸੀਂ ਕਿ ਜੀਓਗ੍ਰਾਫੀ ਦੇ ਸੋ ਕੁਐਸ਼ਨ ਦਾ ਇੱਕ ਪਾਰਟ ਹੋਵੇਗਾ ਤੇ ਇਹ ਵੀਡੀਓ ਤੁਹਾਡੇ ਲਈ ਕਿੰਨੇ ਇੰਪੋਰਟੈਂਟ ਆ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਕੁਐਸ਼ਨ ਤੋਂ ਹੀ ਪਤਾ ਲੱਗ ਗਿਆ ਹੋਵੇਗਾ ਕਿ ਇਸੇ ਤਰ੍ਹਾਂ ਦੇ ਕੁਐਸ਼ਨ ਐਗਜ਼ਾਮ ਦੇ ਵਿੱਚ ਆਉਂਦੇ ਨੇ ਜਿਹੜੇ ਸਟੂਡੈਂਟਸ ਪਹਿਲਾਂ ਐਗਜ਼ਾਮ ਦੇ ਚੁੱਕੇ ਨੇ ਉਹਨਾਂ ਨੂੰ ਤਾਂ ਆਲਰੇਡੀ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਸੇ ਤਰ੍ਹਾਂ ਦੇ ਕੁਐਸ਼ਨ ਆਉਂਦੇ ਨੇ ਤੇ ਇੰਪੋਰਟੈਂਟ ਵੀ ਆ ਇਸ ਕਰਕੇ ਜਿੰਨੇ ਵੀ ਇਸ ਵੀਡੀਓ ਦੇ ਵਿੱਚ ਪਾਰਟ ਆ ਇੱਕ ਇੱਕ ਕੁਐਸ਼ਨ ਉਹਨਾਂ ਵੀਡੀਓ ਦੇ ਵਿੱਚੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ ਹੈ ਤੁਹਾਡੇ ਸਾਰਿਆਂ ਦੇ ਲਈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਹੁਣ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਹਰੇਕ ਵੀਡੀਓ ਨੂੰ ਪੂਰੇ ਧ ਪੰਜ ਪਾਰਟ ਬਣਾ ਦਿੱਤੇ ਗਏ ਨੇ ਹੁਣ ਜੇਕਰ ਮੈਂ ਇਸ ਦੇ ਪੰਜ ਪਾਰਟ ਬਣਾਏ ਆ 500 ਕੁਐਸਚਨ ਦੀ ਇੱਕ ਸੀਰੀਜ਼ ਤਿਆਰ ਕੀਤੀ ਆ ਤੁਹਾਡੇ ਲਈ ਇਹ ਹੀ ਬੋਲ ਸਕਦੇ ਆਂ ਸੀ ਕਿ ਪੰਜ ਵੀਡੀਓ ਹੋਣਗੀਆਂ ਇਸ ਦੀਆਂ ਜੀਓਗ੍ਰਾਫੀ ਦੀਆਂ ਇਸੇ ਤਰ੍ਹਾਂ ਮੈਂ ਬਾਕੀ ਵੀਡੀਓ ਵੀ ਤੁਹਾਡੇ ਲਈ ਬਣਾਦਾਵਾਂਗੀ ਜਿਹੜਾਂ ਦੇ ਵਿੱਚ ਹੋਗੀ ਆ ਕਿ ਇੱਕ ਇੱਕ ਵੀਡੀਓ ਦੇ ਵਿੱਚ ਹਰ ਇੱਕ ਟਾਪਿਕ ਆ ਜਿਹੜਾ ਪੂਰਾ ਐਕਸਪਲੇਨ ਹੋਵੇਗਾ ਤੁਹਾਨੂੰ ਤੇ ਪੂਰੇ ਦਾ ਪੂਰਾ ਨਿਚੋੜ ਹੋਵੇਗਾ ਪੰਜਾਬ ਦੇ ਪੇਪਰਾਂ ਦੇ ਲਈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੱਲ ਸੇਕਸ 101 ਕੋ ਨੰਬਰ ਕੁਐਸਚਨ ਤੋਂ ਕਰਾਂਗੇ ਪਰ ਇਸ ਜੀਓਗ੍ਰਾਫੀ ਦੇ ਜਿਹੜੇ ਕੁਐਸਚਨ ਆ ਪਾਰਟ 2 ਦੇ ਵਿੱਚ ਠੀਕ ਹੈ ਜੀ ਹਾਂਜੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕਸ ਫॉर ਵਾਚਿੰਗ